ਬੜੀ ਕੁੜੀਆਂ ਦੀ ਤੁਸੀਂ ਮਿਸਾਲ ਬਣਿਓ ਜ਼ਿੰਦਗੀ ਦੇ ਵਿੱਚ ਕੀ ਆਪਣੇ ਉੱਤੇ ਤਸ਼ੱਦਦ ਨਾ ਸੋ ਕਦਮ ਚੱਕੋ ਪਹਿਲੀ ਚਪੇੜ ਆ ਨਾ ਜਾਂ ਪਹਿਲੀ ਗਾਲ ਇਹਦੇ ਤੇ ਰਿਐਕਟ ਕਰਨਾ ਮਨ ਲੱਗਦਾ ਜ਼ਿੰਦਗੀ ਵਿੱਚ ਬਹੁਤ ਜ਼ਰੂਰੀ ਹੈ ਜ਼ਰੂਰੀ ਹੈ ਜੀ ਜਦੋਂ ਆਪਾਂ ਪਹਿਲੀ ਵਾਰੀ ਇਹ ਸੋਚ ਕੇ ਕੁੱਟ ਖਾ ਲੈਨੇ ਆ ਕਿ ਚਲੋ ਹੁਣ ਅਗਲੀ ਵਾਰੀ ਨਹੀਂ ਕੁੱਟੇਗਾ ਅਗਲੀ ਵਾਰੀ ਹੁਣ ਗਾਲ ਨਹੀਂ ਕੱਢੇਗਾ ਤਾਂ ਉਹ ਦਿਨ ਬਰ ਦਿਨ ਕੰਮ ਵੱਧਾ ਜਾਂਦਾ ਐਦਾ ਸੋਚੀ ਸੀ ਮੈਂ ਕਮਰਾ ਲੈ ਲੂੰਗੀ ਰੂਮ ਲੈ ਲੂੰਗੀ ਉੱਥੇ ਰਹਿ ਲੂੰਗੀ ਜੇ ਮੇਰੇ ਘਰਦਿਆਂ ਨੇ ਨਾ ਐਕਸੈਪਟ ਕੀਤਾ ਪਰ ਮੈਂ ਲਾਸਟ ਕਹਤਾ ਸੀ ਮੈਂ ਕੀ ਲੈ ਕੇ ਜਾਣਾ ਕਿ ਨਹੀਂ ਲੈ ਕੇ ਜਾਣਾ ਮੀਨਸ ਉਹ ਬੰਦੇ ਨੂੰ ਜੇ ਆਪਣੇ ਮੁੰਡੇ ਨਾਲ ਵੀ ਅਟੈਚਮੈਂਟ ਨਹੀਂ ਸੀ ਉਹਨੇ ਮੁੰਡਾ ਵੀ ਛੱਡ ਦਿੱਤਾ ਸਿਰਫ 10-15 ਲੱਖ ਰੁਪਏ ਦਿਖਾ ਦੇ ਤੇ ਲੋਕ ਮੈਨੂੰ ਕਹਿੰਦੇ ਤੂੰ ਡਾਈਵੋਰਸ ਪਤਾ ਨਹੀਂ 20 ਲੱਖ ਲਿਆ ਆ ਕਿ 25 ਲੱਖ ਲਿਆ ਆ ਮੈਂ ਜ਼ੀਰੋ ਤੇ ਕੋਈ ਕੋਈ ਪੈਸਾ ਨਹੀਂ ਹਸਕਲ ਜੀ ਅੱਜ ਮੇਰਾ ਜਿਹੜਾ ਪੌਡਕਾਸਟ ਹੈ ਉਹ ਬੜਾ ਹੀ ਮੈਂ ਬੜਾ ਐਕਸਾਈਟਿਡ ਸੀ ਇਸ ਪੋਡਕਾਸਟ ਲਈ ਕਿਉਂਕਿ ਜਦੋਂ ਸਿਰਸਤ ਸ਼ੁਰੂ ਕੀਤੀ ਇੰਸਟਾਗ੍ਰam ਤੇ ਕਿ ਕਿਦਣਾ ਪੋਡਕਾਸਟ ਕਰੀਏ ਕਿਵੇਂ ਮੈਂ ਗੱਲਬਾਤ ਕਰਕੇ ਲੋਕਾਂ ਨੂੰ ਇਨਸਪਾਇਰ ਕਰਾਂ ਜਾਂ ਮੈਂ ਕੁਝ ਨਵਾਂ ਸਿੱਖਾਂ ਤਾਂ ਜਦੋਂ ਮੈਨੂੰ ਇੱਕ ਭੈਣ ਦਾ ਪਤਾ ਲੱਗਿਆ ਹਰਪਾਲ ਕੌਰ ਭੈਣ ਅੱਜ ਮੈਂ ਗਰਾਆਂ ਦੇ ਕੋਲ ਪਿੰਡ ਫਗਵਾੜੇ ਤੋਂ ਪਹਿਲਾਂ ਜਿਹੜਾ ਆਂਦਾ ਮੈਂ ਉੱਥੇ ਬੈਠਾ ਤੇ ਬੜੀ ਇਨਸਪਾਇਰਿੰਗ ਦੀ ਸਟੋਰੀ ਹੈ ਤੇ ਮੈਂ ਹਮੇਸ਼ਾ ਸੋਚਦਾ ਹੁੰਦਾ ਸੀਗਾ ਕਿ ਮੈਂ ਕਿੱਦਾਂ ਕਰਾਂ ਕੀ ਕਰਾਂ ਜਿਹੜਾ ਇੱਕ ਟੌਪਿਕ ਹੁੰਦਾ ਸੀਗਾ ਨਾ ਕਿਉਂਕਿ ਮੈਂ ਹਮੇਸ਼ਾ ਮੁੰਡਿਆਂ ਨਾਲੋਂ ਜ਼ਿਆਦਾ ਕੁੜੀਆਂ ਦੀ ਪੜ੍ਹਾਈ ਨੂੰ ਲੈ ਕੇ ਜ਼ਿਆਦਾ ਹਮੇਸ਼ਾ ਲੋਕਾਂ ਨੂੰ ਮੈਸੇਜ ਦਿੰਨਾ ਕਿ ਕੁੜੀ ਦੀ ਪੜ੍ਹਾਈ ਕਿਉਂ ਜ਼ਰੂਰੀ ਹੈ ਭਾਵੇਂ ਉਹ ਮੇਰੀ ਭੈਣ ਹੋਵੇ ਭਾਵੇਂ ਕੋਈ ਵੀ ਕੁੜੀ ਹੋਵੇ ਤਾਂ ਅੱਜ ਗੱਲਾਂ ਬਹੁਤ ਹੋਣਗੀਆਂ ਤੇ ਸਵਾਗਤ ਹੈ ਪੈਣੇ ਬਹੁਤ-ਬਹੁਤ ਧੰਨਵਾਦ ਤੁਸੀਂ ਸਾਨੂੰ ਇੰਨਾ ਕੀਮਤੀ ਟਾਈਮ ਦਿੱਤਾ ਇਸ ਪੈਣ ਬਾਰੇ ਮੈਂ ਪਹਿਲਾਂ ਥੋੜੀ ਜਿਹੀ ਇੰਟਰੋਡਕਸ਼ਨ ਦੇ ਦਾਂ ਕਿ ਹਰਪਾਲ ਕੌਰ ਭੈਣ ਜ਼ਿੰਦਗੀ ਦੇ ਵਿੱਚੋਂ ਲੜ ਕੇ ਆਪਣੀ ਸੰਘਰਸ਼ ਕਰਕੇ ਅੱਜ ਜਿਹੜੇ ਮੁਕਾਮ ਤੇ ਖੜੀ ਹੈ ਉਹ ਬਹੁਤ ਕੁਰਬਾਨੀਆਂ ਤੋਂ ਬਾਅਦ ਆਇਆ ਹੈ ਤੇ ਤੁਸੀਂ ਇਹ ਪੌਡਕਾਸਟ ਪਲੀਜ਼ ਸੁਣਿਓ ਸੁਣ ਕੇ ਜਰੂਰ ਆਪਣਾ ਵੀ ਫੀਡਬੈਕ ਦਿਓ ਜੇ ਕੋਈ ਸਵਾਲ ਜਵਾਬ ਹੋਇਆ ਭੈਣ ਦੇ ਨਾਲ ਤਾਂ ਉਹ ਵੀ ਜਰੂਰ ਰੱਖਿਓ ਤਾਂ ਮੈਂ ਜੇ ਸ਼ੁਰੂ ਕਰਾਂ ਪੈਣੇ ਕਿ ਕਿੱਥੋਂ ਇੰਨਾ ਵੱਡਾ ਕਦਮ ਚੁੱਕਣ ਦੀ ਜ਼ਿੰਦਗੀ ਦੇ ਵਿੱਚ ਤੁਸੀਂ ਲੋੜ ਪਈ ਕਿ ਜਦੋਂ ਹਰ ਕੁੜੀ ਨੂੰ ਹੁੰਦਾ ਕਿ ਇੱਕ ਵਾਰੀ ਕਰ ਦੇਣ ਵਿਆਹ ਤਾਂ ਨਾ ਉਹ ਪੇਕੇ ਗੱਲ ਕਰਨ ਜੋਗੀ ਸੌਰਜ ਵਿਚਾਰੀ ਔਖੀ ਹੁੰਦੀ ਹੈ ਔਰ ਨਾ ਕੰਮ ਕਰ ਪਾਰੀ ਹੈ ਤਸ਼ੱਦਦ ਸਹਿੰਦੀ ਹੈ ਕਈ ਪੈਣਾ ਆਪਣੀ ਜ਼ਿੰਦਗੀ ਵੀ ਖਤਮ ਕਰ ਲੈਂਦੀ ਆ ਆਪਾਂ ਦੇਖਿਆ ਸੀ ਕੈਨੇਡਾ ਦੇ ਵਿੱਚ ਇੱਕ ਮਨਪ੍ਰੀਤ ਕੌਰ ਭੈਣ ਉਹਦੀ ਵੀਡੀਓ ਵੀ ਵਾਇਰਲ ਹੋਈ ਕਿ ਹਸਬੈਂਡ ਕੁੱਟਮਾਰ ਕਰ ਰਹੇ ਸੀ ਪਿੱਛੇ ਬੱਚੇ ਸੀ ਉਹਨੇ ਸੁਸਾਈਡ ਕਰ ਲਿਆ ਹਾਂਜੀ ਤੁਸੀਂ ਕਿੱਥੋਂ ਇੰਨੇ ਵੱਡੇ ਕਦਮ ਚੱਕਣ ਦਾ ਹੌਸਲਾ ਆਇਆ ਕਿ ਮੈਂ ਹੁਣ ਇੱਕ ਕਦਮ ਚੁੱਕਣਾ ਤੇ ਮੈਂ ਹੁਣ ਜਦੋਂ ਆਪਾਂ ਨੂੰ ਲੱਗਦਾ ਹੈ ਨਾ ਕਿ ਆਪਾਂ ਕਿਸੇ ਰਿਸ਼ਤੇ ਦੇ ਵਿੱਚ ਹੈਗੇ ਆ ਤਾਂ ਉਹ ਰਿਸ਼ਤੇ ਆ ਆਪਾਂ ਨੂੰ ਬੋਝ ਲੱਗਣ ਲੱਗ ਜਵੇ ਆਪਾਂ ਨੂੰ ਫੀਲ ਹੋਵੇ ਵੀ ਨਹੀਂ ਜੇ ਮੈਂ ਇਸ ਰਿਸ਼ਤੇ ਦੇ ਵਿੱਚ ਹੋਰ ਜ਼ਿਆਦਾ ਦੇ ਰਹੀ ਤਾਂ ਮੇਰਾ ਕੁਝ ਬਣਨਾ ਨਹੀਂ ਹੈਗਾ ਮੈਂ ਇੱਥੇ ਹੀ ਰਹਿ ਜੂੰਗੀ ਜਾਂ ਤਾਂ ਮੈਂ ਸੁਸਾਈਡ ਕਰੂੰਗੀ ਜਾਂ ਮੈਂ ਮਤਲਬ ਦਬ ਕੇ ਰਹਿ ਜੂੰਗੀ ਮੀਨਸ ਮੇਰੀ ਉਹ ਫਾਦਰ ਸਾਹਿਬ ਨੇ ਮੈਨੂੰ ਉਦਾਂ ਦਾ ਨਹੀਂ ਸੀ ਬਣਾਇਆ ਮੇਰੇ ਆਨੇ ਵੀ ਹਾਂ ਆਪਾਂ ਬਸ ਹਾਰ ਮੰਨ ਕੇ ਬੈਠ ਜਾਈਏ ਜਾਂ ਐਵੇਂ ਉਹ ਚੀਜ਼ ਨਹੀਂ ਸੀਗੀ ਮੇਰੇ ਚ ਤੇ ਬਸ ਫਿਰ ਜਦੋਂ ਬਣਦੀ ਨਹੀਂ ਹੈਗੀ ਆਪਸ ਦੇ ਵਿੱਚ ਦੋ ਹਮਸਫਰਾਂ ਦੀ ਮੈਨੂੰ ਲੱਗਦਾ ਵੀ ਉਹਨਾਂ ਨੂੰ ਡਾਈਵੋਰਸ ਲੈ ਲੈਣਾ ਚਾਹੀਦਾ ਹਾਂ ਹਾਂਜੀ ਬਰਾਊਨ ਕੁੜੀ ਨਾਮ ਇੰਸਟਾਗ੍ਰam ਤੇ ਇਹ ਕਿੰਨੇ ਰੱਖਿਆ ਜਾਂ ਤੁਸੀਂ ਆਪ ਹੀ ਰੱਖਿਆ ਜਾਂ ਕਿਸੇ ਨੇ ਦਿੱਤਾ ਅਮ ਥੋੜਾ ਮੇਰਾ ਰੰਗ ਸਾਵਲਾ ਆ ਹਨਾ ਤੇ ਮੈਂ ਪਹਿਲਾਂ ਕੁਝ ਹੋਰ ਇੱਕ ਤਾਂ ਜਦੋਂ ਆਪਾਂ ਰੀਲਸ ਬਣਾਉਂਦੇ ਆ ਜਾਂ ਕੁਝ ਬਣਾਉਂਦੇ ਆ ਹੁਣ ਜਿਆਦਾ ਟ੍ਰੈਂਡ ਚ ਹੋ ਗਿਆ ਪਹਿਲਾਂ ਰਿਸ਼ਤੇਦਾਰ ਨਹੀਂ ਸੀ ਹੁੰਦੇ ਆਪਣੀ ਤੁਹਾਡੀ ਕੁੜੀ ਰੀਲਾ ਬਣਾਉਂਦੀ ਆ ਜੀ ਤੁਹਾਡੀ ਕੁੜੀ ਐਵੇਂ ਆਈ ਆ ਉਹ ਤੋਂ ਮੈਂ ਨਾਮ ਚੇਂਜ ਕੀਤਾ ਸੀ ਵੀ ਕੁਝ ਇਦਾਂ ਦਾ ਨਾਮ ਰੱਖੂੰਗੀ ਵੀ ਲੋਕ ਮੈਨੂੰ ਲੱਭ ਹੀ ਨਾ ਸਕਣ ਇੰਸਟਾਗ੍ਰਾਮ ਦੇ ਤੇ ਅਜੇ ਚੱਕਰ ਚ ਨਾਮ ਰੱਖ ਲਿਆ ਬਟ ਜਦੋਂ ਵੀਡੀਓਜ਼ ਵਾਇਰਲ ਹੋਣੀ ਆ ਫੇਰ ਰਿਸ਼ਤੇਦਾਰਾਂ ਕੋਲ ਹੀ ਪਹਿਲੇ ਜਾਂਦੇ ਹੁੰਦੇ ਆ ਆ ਮੈਨ ਉਹ ਵੈਸੀ ਹੀ ਰੱਖ ਦਿੱਤਾ ਸੀਗਾ ਉਹਦੇ ਨਾਮ ਰੱਖਤਾ ਇਹਦਾ ਕੋਈ ਮੇਨ ਮਕਸਦ ਨਹੀਂ ਸੀ ਬੇब्राउन ਕੁੜੀ ਰੱਖਣਾ ਵਾ ਜਿਵੇਂ ਬਸ ਤੇ ਕਿਵੇਂ ਪੈਣੇ ਤੁਹਾਨੂੰ ਕੀ ਲੱਗਦਾ ਕੀ ਜਦੋਂ ਜਦੋਂ ਅਸੀਂ ਪੋਡਕਾਸਟ ਕਰਨ ਸ਼ੁਰੂ ਕਰਨ ਦਾ ਸੋਚਿਆ ਲਗੀ ਮੈਂ ਐਨਜੀਓ ਜੀ ਆਪਣੇ ਇੰਨੀ ਬੀਜ਼ੀ ਆ ਕਿ ਮੇਰੇ ਕੋਲ ਪੋਡਕਾਸਟ ਕਰਨ ਦਾ ਸਮਾਂ ਹੀ ਨਹੀਂ ਹੈ ਬਟ ਜਿੱਦਾਂ ਜਿੱਦਾਂ ਮੈਂ ਵੀ ਪੋਡਕਾਸਟ ਸੁਣਦਾ ਮੈਂ ਹਿੰਦੀ ਪੋਡਕਾਸਟ ਸੁਣਦਾ ਇੰਗਲਿਸ਼ ਪੋਡਕਾਸਟ ਸੁਣਦਾ ਬਾਹਰਲੇ ਗੋਰਿਆਂ ਦੇ ਕਿਉਂਕਿ ਉਧਰ ਪੋਡਕਾਸਟ ਹੀ ਚੱਲਦੇ ਨੇ ਹਾਂਜੀ ਇੰਡੀਆ ਦੇ ਵਿੱਚ ਤੇ ਪੰਜਾਬ ਦੇ ਵਿੱਚ ਖਾਸ ਕਰ ਹਜੇ ਟ੍ਰੈਂਡ ਹੈ ਨਹੀਂ ਪੋਡਕਾਸਟ ਦਾ ਬਿਲਕੁਲ ਵੀ ਮੈਨੂੰ ਲੱਗਦਾ ਤੁਹਾਡੀ YouTube ਸਰਚ ਚੈੱਕ ਕਰ ਲਈਏ ਕਿ ਉਹ ਸਾਰਾ ਦਿਨ ਕੀ ਸੁਣਦਾ ਹਾਂਜੀ ਤੁਹਾਡਾ ਨਾ ਪੋਡਕਾਸਟ ਕਰਨ ਦੀ ਮੈਨੂੰ ਸਭ ਤੋਂ ਵਧੀਆ ਗੱਲ ਜਿਹੜੀ ਲੱਗੀ ਤੁਹਾਡੀ ਮੈਂ ਤੁਹਾਡੇ ਮੂੰਹ ਤੇ ਦੱਸ ਦਿੰਨਾ ਕਿ ਜਦੋਂ ਮੈਂ ਤੁਹਾਡੀ ਪ੍ਰੋਫਾਈਲ ਦੇਖੀ ਤੁਸੀਂ ਸਿਰਫ ਉਹਨਾਂ ਮੁੰਡੇ ਕੁੜੀਆਂ ਚੋਂ ਨਹੀਂ ਸੀਗੇ ਜਿਹੜੇ ਸਿਰਫ ਔਰ ਸਿਰਫ ਸਾਰਾ ਦਿਨ ਰੀਲਸ ਤੇ ਜਾਂ ਕੰਟੈਂਟ ਬਣਾਉਣ ਤੇ ਆਪਣਾ ਜ਼ੋਰ ਲਾਉਂਦੇ ਸੀ ਹਾਂਜੀ ਤੁਹਾਡਾ ਕੀ ਕਹਿਣਾ ਹੈ ਇਸ ਗੱਲ ਤੇ ਕਿ ਬੰਦੇ ਨੂੰ ਜਿਹੜੀ ਰੀਅਲ ਲਾਈਫ ਹੈ ਜਿਹੜੀ ਸੋਸ਼ਲ ਮੀਡੀਆ ਲਾਈਫ ਹੈ ਤੇ ਤੁਹਾਡੀ ਰੀਅਲ ਲਾਈਫ ਹੈ ਹਾਂਜੀ ਤੁਸੀਂ ਆਪਣੀ ਰੀਅਲ ਲਾਈਫ 'ਚ ਜਿੱਦਾਂ ਮਿੱਟੀ ਨਾਲ ਮਿੱਟੀ ਹੁੰਨੇ ਹੋ ਲੋਹੇ ਨਾਲ ਸਾਰਾ ਦਿਨ ਮੱਥਾ ਮਾਰਦੇ ਹੋ ਫਿਰ ਵੀ ਉਹਦੇ ਨਾਲ ਨਾਲ ਤੁਸੀਂ ਰੀਲ ਕੈਰੀ ਕਰਦੇ ਹੋ ਪਰ ਜਿਹੜੀ ਯੂਥ ਸਿਰਫ ਅੱਜਕੱਲ੍ਹ ਸੋਸ਼ਲ ਮੀਡੀਆ 'ਤੇ ਹੀ ਬੈਠੀ ਆ ਕਿ ਸਵੇਰੇ ਉੱਠਣਾ ਸੋਸ਼ਲ ਮੀਡੀਆ ਦੀ ਵੀਡੀਓ ਹੀ ਇਹਨਾਂ ਨੂੰ ਕਮਾਈ ਦੇਊਗੀ ਤਾਂ ਇਹ ਜ਼ਿੰਦਗੀ 'ਚ ਕੁਝ ਕਰਨਗੇ ਤੁਸੀਂ ਤਕਰੀਬਨ 8 ਲੱਖ ਫਾਲੋਅਰ ਦੇ ਬਾਅਦ ਵੀ ਅੱਜ ਤੁਸੀਂ ਕੰਮ ਕਰਦੇ ਹੋ ਆਪਣੇ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਮੈਨੂੰ ਲੋਕਾਂ ਨੇ ਪਸੰਦ ਹੀ ਕੰਮ ਕਰਦੀ ਇਹਨਾਂ ਕੀਤਾ ਸੀ ਮੈਨੂੰ ਜੇ ਮੈਂ ਨੋਰਮਲ ਵੀਡੀਓ ਪਾ ਵੀ ਦਵਾਂ ਮੈਨੇ ਕਮੈਂਟ ਗਲਤ ਆਉਣ ਲੱਗ ਜਾਂਦੇ ਆਵੇ ਹਾਂ ਭੈਣੇ ਤੂੰ ਕੰਮ ਕਰਦੀ ਸੋਹਣੀ ਲੱਗਦੀ ਆਂ ਜਾਂ ਐਵੇਂ ਆ ਰੀਲ ਦਾ ਸਿਲਸਿਲਾ ਇਦਾਂ ਵਾ ਕਿ ਹੈਟਰ ਹੀ ਇੱਕ ਗੁੰਮਦਈ ਸਾਧਨਾ ਜਦੋਂ ਆਪਣੇ ਫਾਲੋਅਰਸ ਹੋ ਜਾਂਦੇ ਆ ਜਾਂ ਲੋਕਾਂ ਨੂੰ ਲਾਲਚਾਉਂਦੇ ਬਟ ਮੈਨੂੰ ਆ ਕੱਪੜੇ ਚੇਂਜ ਕਰਨੇ ਜਾਏ ਮੈਨੂੰ ਬੜਾ ਔਖਾ ਲੱਗਦਾ ਹੁੰਦਾ ਸੀ ਮੈਂ ਤਾਂ ਖੁਦ ਉਹਨਾਂ ਨੂੰ ਕਹਿ ਦੇਣਾ ਜੇ ਮੇਰੇ ਤੋਂ ਤੁਸੀਂ ਕੰਮ ਕਰਵਾਉਣਾ ਵਾ ਮੈਂ ਇਨ੍ਹਾਂ ਕੱਪੜਿਆਂ ਦੇ ਵਿੱਚ ਹੀ ਕਰੂੰਗੀ ਕੰਮ ਕਰਦੀ ਦੀ ਪਾਉਂਗੀ ਵੀਡੀਓਜ਼ ਕਰਵਾਉਣੀ ਕਰਵਾਉ ਨਹੀਂ ਕਰਾਉਣੀ ਉਹ ਤੁਹਾਡਾ ਬਾਕੀ ਨਵੀਂ ਜਨਰੇਸ਼ਨ ਨੇ ਕੋਈ ਸਮਝ ਨਹੀਂ ਸਕਦਾ ਹੈਗਾ ਨਹੀਂ ਤੁਸੀਂ ਵੀ ਭੈਣੇ ਸਾਡੀ ਜਨਰੇਸ਼ਨ ਦੇ ਹੋ ਮੈਂ ਤੁਹਾਡੇ ਤੋਂ ਛੋਟਾ ਮੈਂ ਜਦੋਂ ਤੁਹਾਡੀ ਇੰਟਰਵਿਊਸ ਸੁਣੀਆ ਤਾਂ ਮੈਨੂੰ ਖੁਦ ਨੂੰ ਬੜਾ ਵਧੀਆ ਫੀਲ ਹੋਇਆ ਕਿ ਤੁਸੀਂ ਉਹਨਾਂ ਭੈਣਾਂ ਲਈ ਮਿਸਾਲ ਬਣ ਰਹੇ ਹੋ ਜਿਹੜੀ ਵਿਆਹ ਤੋਂ ਬਾਅਦ ਸਮਝਦੀਆਂ ਨੇ ਕਿ ਹੁਣ ਸਾਡੀ ਜ਼ਿੰਦਗੀ ਖਤਮ ਹੈ ਪੇਕੇ ਅਸੀਂ ਜਾ ਨਹੀਂ ਸਕਦੇ ਤੇ ਸੋਹਰਾ ਪਰਿਵਾਰ ਮਾਰਕਟਾਈ ਹੋ ਰਹੀ ਹੈ ਤੇ ਬੱਚਿਆਂ ਕਰਕੇ ਉਹ ਮਾਂ ਵਿਚਾਰੀ ਸੁਸਾਈਡ ਦਾ ਵੀ ਥੋਟ ਆਉਂਦਾ ਦਿਮਾਗ ਦੇ ਵਿੱਚ ਪਰ ਫਿਰ ਵੀ ਬੱਚਿਆਂ ਕਰਕੇ ਮਾਂ ਜਿਹੜੀ ਨਹੀਂ ਕਰ ਪਾਂਦੀ ਪਰ ਸਾਰੀ ਜ਼ਿੰਦਗੀ ਤਸ਼ੱਦਦ ਸਹਿਣਾ ਵੀ ਮੈਨੂੰ ਲੱਗਦਾ ਕਿ ਗਲਤ ਹੈ ਮੈਂ ਤਾਂ ਉਹੀ ਕਹਿੰਦੀ ਆ ਵੀ ਗਲਤ ਨੂੰ ਗਲਤ ਕਹਿਣਾ ਹੀ ਸਿੱਖੋ ਆਪਾਂ ਕਿੰਨੀ ਕਿਦੇ ਜੇ ਆਪਾਂ ਨੇ ਕੋਈ ਗਲਤ ਕਰਦਾ ਪਏ ਆਪਣੇ ਆਪਾਂ ਕਹਿ ਦਿੰਨੇ ਆ ਵੀ ਮਾਂ ਪਿਓ ਦੀ ਮਜਬੂਰੀ ਮੈਂ ਖੁਦ 8 ਸਾਲ ਆਪਣੇ ਮਾਂ ਪਿਓ ਦੀ ਮਜਬੂਰੀ ਨੂੰ ਹੀ ਬੈਠੀ ਸੀ ਘਰ ਦੇ ਆਲੇ ਕਹਿਣਾ ਕੋਈ ਗੱਲ ਨਹੀਂ ਜਵਾਕ ਹੋ ਜਾਊਗਾ ਫਿਰ ਸੁਧਰ ਜਾਊ ਮੈਂ ਕਹਣਾ ਮਮੀ ਨਹੀਂ ਹੋਣੀ ਹੈਗਾ ਉਹ ਨਹੀਂ ਸੁਧਰਿਆ ਕੋਈ ਨਹੀਂ ਇਹਨੂੰ ਵੱਡਾ ਹੋ ਲੰਦੋ ਫਿਰ ਸੁਧਰ ਜੋ ਵੱਡਾ ਵੀ ਹੋ ਗਿਆ ਫਿਰ ਉਹੀ ਚੀਜ਼ ਮੈਂ ਮਤਲਬ ਇੱਕ ਸੋਚ ਬਣਾ ਲਓ ਜੇ ਇਹਨੇ ਸੁਧਰਨਾ ਹੋਣ ਇੱਕ ਦੋ ਚੀਜ਼ ਗੱਲਾਂ ਚ ਸੁਧਰ ਜਾਣਾ ਜੇ ਇਹਨੇ ਸੁਧਰਨਾ ਉਹ ਭਾਵੇਂ ਤੁਸੀਂ 10 ਸਾਲ ਲਾ ਲਓ ਭਾਵੇਂ 15 ਸਾਲ ਲਓ ਕਦੀ ਨਹੀਂ ਉਹ ਸਹੀ ਬਣੂਗਾ ਸੋ ਕਈਆਂ ਦੇ ਮਾਈਂਡ 'ਚ ਕਈਆਂ ਨੇ ਬਿਠਾਇਆ ਹੀ ਹੁੰਦਾ ਵੀ ਮੈਂ ਨਹੀਂ ਸੁਧਣਾ ਤਾਂ ਮੈਂ ਨਹੀਂ ਸੁਧਣਾ ਜੋ ਮਰਜੀ ਕਰ ਲਓ। ਪੜ੍ਹਾਈ ਦੀ ਕਿੰਨੀ ਕ ਇੰਪੋਰਟੈਂਸ ਸਮਝਦੇ ਹੋ ਪੜ੍ਹਨੇ ਜ਼ਿੰਦਗੀ ਦੇ ਵਿੱਚ ਕਿ ਕੁੜੀ ਕੁੜੀ ਲਈ ਪੜ੍ਹਾਈ ਅੱਜ ਦੇ ਜ਼ਮਾਨੇ ਦੇ ਵਿੱਚ ਕਿਉਂ ਜ਼ਰੂਰੀ ਸਮਝਦੇ ਹੋ ਕਿਉਂਕਿ ਅੱਜ ਕੱਲ ਜਿਹੜੇ ਰਿਲੇਸ਼ਨਸ਼ਿਪਸ ਨੇ ਅੱਜ ਕੱਲ ਦੀ ਤੁਸੀਂ ਪੀੜ੍ਹੀ ਦੀ ਗੱਲ ਕੀਤੀ ਉਹ ਬੜੇ ਲੌਂਗ ਟਰਮ ਨਹੀਂ ਹੈਗੇ। ਹਾਂਜੀ। ਬੜੇ ਸ਼ਾਰਟ ਟਰਮ ਨੇ। ਇੱਕ ਵਾਰੀ 'ਚ ਕੁੜੀ ਮੁੰਡਾ ਬਹੁਤ ਜ਼ਿਆਦਾ ਨੇੜੇ ਹੋ ਜਾਂਦੇ ਨੇ। ਚਲੋ ਤੁਹਾਡਾ ਤਾਂ ਫਿਰ ਅਰੇਂਜ ਮੈਰੀ ਸੀਗੀ ਪਰ ਜਿਹੜੇ ਪਾਰਟਨਰ ਖੁਦ ਚੂਜ਼ ਕਰਦੇ ਨੇ ਉਹ ਵੀ ਦੁਖੀ ਨੇ। ਤੁਹ ਅੰਡਰਸਟੈਂਡਿੰਗ ਦੀ ਦਿੱਕਤ ਆ ਮੈਂ ਮੈਂ ਵੀ ਸੋਸ਼ਲ ਮੀਡੀਆ ਤੇ ਬਹੁਤ ਦੇਖਦੀ ਹਾਂ ਹੁਣ ਆ ਟ੍ਰੈਂਡ ਚੱਲਿਆ ਆਇਲਟਸ ਦਾ ਜੇ ਇਹ ਉਹ 18 ਸਾਲ ਦੇ ਵਿਆਹ ਕਰਾਈ ਜਾਂਦੇ ਆ 20 ਸਾਲਾਂ ਦੇ ਵਿਆਹ ਕਰਾਈ ਜਾਂਦੇ ਉਹ ਕਰਵਾਈ ਤਾਂ ਜ਼ਰੂਰ ਜਾਂਦੇ ਆ ਚਾਹੇ ਉਹ ਆਇਲਟਸ ਕਰਨ ਨੂੰ ਚਾਹੇ ਬਾਹਰ ਕਰ ਜਾਣ ਨੂੰ ਜਾਂ ਜਿਵੇਂ ਵੀ ਬਟ ਜਦੋਂ ਉਹਨਾਂ ਨੇ 26 27 ਸਾਲ ਦੇ ਹੋਣਾ ਹੈ ਨਾ ਉਹਨਾਂ ਨੂੰ ਇਹ ਲੱਗਣਾ ਵੀ ਅਸੀਂ ਉਸ ਟਾਈਮ ਬਹੁਤ ਵੱਡੀ ਗਲਤੀ ਕਰਦੀ ਸੀ ਛੋਟੀ ਏਜ ਚ ਵਿਆਹ ਕਰਾ ਕੇ ਕਿਉਂਕਿ ਆਪਣੀ ਜਿਹੜੇ ਸੁਪਨੇ ਹੁੰਦੇ ਉਹ ਛੋਟੀ ਏਜ ਦੇ ਵੱਡੇ ਹੁੰਦੇ ਹੁੰਦੇ ਆ ਆਪਾਂ ਉਹਨਾਂ ਨੂੰ ਜਾ ਕੇ 27 30 ਸਾਲ ਦੇ ਵਿੱਚ ਬਹੁਤ ਘੱਟ ਲੋਕ ਆ ਵੀ ਜਿਹੜੇ ਉਹਨਾਂ ਨੂੰ ਪੂਰਾ ਕਰ ਸਕਦੇ ਆ ਤੇ 27 28 ਸਾਲ ਦੇ ਵਿੱਚ ਜਾ ਕੇ ਆਪਾਂ ਨੂੰ ਅਕਲ ਆਉਂਦੀ ਆ ਵੀ ਹਾਂ ਆਪਣੇ ਲਈ ਕੀ ਗਲਤ ਆ ਤੇ ਕੀ ਸਹੀ ਮੈਨੂੰ ਖੁਦ ਨੂੰ 27 ਸਾਲ ਚ ਪਤਾ ਲੱਗਾ ਸੀ ਜਾ ਕੇ ਵੇ ਮੈਂ ਬਹੁਤ ਗਲਤੀ ਕੀਤੀ ਵਿਆਹ ਕਰਾ ਕੇ ਬਈ ਜੇ ਮੈਂ ਵਿਆਹ ਨਾ ਕਰਾਉਂਦੀ ਸ਼ਾਇਦ ਮੈਂ ਰੈਸਲਿੰਗ ਦੀ ਪਲੇਅਰ ਹੁੰਦੀ ਬਹੁਤ ਵਧੀਆ ਨੈਸ਼ਨਲ ਖੇਡਲੀ ਹੁੰਦੀ ਇੰਟਰਨੈਸ਼ਨਲ ਖੇਡਲੀ ਹੁੰਦੀ ਮੈਨੂੰ ਨਹੀਂ ਲੱਗਦਾ ਵੇ ਆ ਜਿਹੜਾ ਅੱਜ ਕੱਲ ਚਲਣ ਚੱਲਿਆ ਹੋਇਆ ਹੈ 18 20 ਸਾਲ ਦੇ ਵਿੱਚ ਵਿਆਹ ਦਾ ਉਮ ਐਸਾ ਹੀ ਨਹੀਂ ਹੈ ਤੁਸੀਂ ਵਿਆਹ ਦੇ ਪਿੱਛੇ ਪੈਣੇ ਆਪਣੀ ਗਲਤੀ ਸਮਝਦੇ ਹੋ ਕਿ ਮਾਪੇ ਦਾ ਪ੍ਰੈਸ਼ਰ ਹੁੰਦਾ ਹੈ ਕਿ ਟਾਈਮ ਸਹੀ ਧੀ ਪੁੱਤ ਵਿਆਹੀਏ ਇਹਦੇ ਵਿੱਚ ਕਿਦੀ ਤੁਸੀਂ ਸਮਾਜ ਦੇ ਵਿੱਚ ਕਿਵੇਂ ਆਪਾਂ ਇਸ ਚੀਜ਼ ਨੂੰ ਬਦਲੀਏ ਕਿ ਕੁੜੀ ਦੇ ਵੀ ਸੁਪਨੇ ਹੁੰਦੇ ਆ ਜਰੂਰੀ ਨਹੀਂ ਉਹ 18 ਸਾਲ ਦੀ ਹੋਈ ਆਪਾਂ ਨੂੰ ਵਿਆਹਣਾ ਜਿਵੇਂ ਤੁਹਾਡਾ ਵੀ ਸੁਪਨਾ ਸੀ ਮੈਂ ਰੈਸਲਿੰਗ 'ਚ ਜਾਣਾ ਹੈ ਜਾਂ ਮੈਂ ਹੋਰ ਸਪੋਰਟਸ 'ਚ ਅੱਗੇ ਨਾਮ ਰੋਸ਼ਨ ਕਰਨਾ ਆਪਣੇ ਮਾਪੇ ਦਾ ਪਰ ਉਹ ਕਿਤੇ ਨਾ ਕਿਤੇ ਸੁਪਨੇ ਦੱਬੇ ਜਾਂਦੇ ਆ ਮੇਰੀ ਜਿਹੜੀ ਫੈਮਿਲੀ ਆ ਬਹੁਤ ਛੋਟੀ ਆ ਮੀਨਜ਼ ਆਪਣੀ ਫੈਮਿਲੀ ਚ ਕੋਈ ਵੱਡਾ ਨਹੀਂ ਕੋਈ ਸਮਝਾਉਣ ਵਾਲਾ ਨਹੀਂ ਕਹਿਦੀ ਇਹ ਵੀ ਜਾਂ ਸਾਡੀ ਫੈਮਿਲੀ ਚ ਕਿਸੇ ਦਾ ਪਹਿਲਾਂ ਮੈਰਿਜ ਨਹੀਂ ਸੀ ਹੋਈ ਜਾਂ ਮੈਨੂੰ ਕਿਸੇ ਨੇ ਦੱਸਿਆ ਨਹੀਂ ਸੀ ਵੇ ਤੂੰ ਵਿਆਹ ਕਰਾ ਰਹੀ ਆ ਵਿਆਹ ਤੋਂ ਬਾਅਦ ਤੈਨੂੰ ਇਹਨਾਂ ਇਹਨਾਂ ਚੀਜ਼ਾਂ ਚ ਪ੍ਰੋਬਲਮ ਆਉਣੀ ਆ ਵੇ ਤੂੰ ਉਸ ਚੀਜ਼ ਨੂੰ ਰੱਖ ਕੇ ਫੇਰ ਤੂੰ ਹਾਮੀ ਭਰੀ ਰਿਸ਼ਤਾ ਹੋਇਆ ਹਾਂ ਘਰ ਦੇ ਕਹਿੰਦੇ ਸਮਾਜ ਦੀ ਵੀ ਗਲਤੀ ਹੁੰਦੀ ਆਪਣੇ ਆਪਾ ਐਵੇਂ ਨਹੀਂ ਕਹਿਦੀ ਮਾਪਿਓ ਦੀ ਸਾਰੀ ਗਲਤੀ ਆ ਜਦੋਂ ਹੁਣ ਅਸੀਂ ਚਾਰ ਭੈਣਾਂ ਆ ਵਾ ਤੂੰ ਵੱਡੀ ਟਾਈਮ ਸਰ ਵਿਆਹੇਗਾ ਤਾਂ ਹੀ ਤੇਰੀਆਂ ਬਾਕੀਆਂ ਵਿਆਹ ਹੋਣਗੀਆਂ ਹਨਾ ਹੌਲੀ ਹੌਲੀ ਮੇਰਾ 20 ਦਾ ਕਰਤਾ ਚਲੋ ਛੋਟੀ ਆ ਉਹਦਾ 22 ਚ ਕਰ ਦਣਗੇ ਉਤੋਂ ਚਲ ਤੇਰੀ ਛੇਤੀ ਛੇਤੀ ਤੇਰੀ ਜ਼ਿੰਮੇਵਾਰੀ ਕੰਪਲੀਟ ਹੋ ਜੂਗੀ ਨਾ ਮੇਰੇ ਫਾਦਰ ਸਾਹਿਬ ਤੋਂ ਫਾਦਰ ਸਾਹਿਬ ਨੇ ਫਿਰ ਉਹ ਜਲਦੀ ਜਲਦੀ ਦੇ ਵਿੱਚ ਕਹਿ ਲਈਏ ਗਲਤ ਦੀ ਸੀਜ਼ਨ ਸੀ ਜਾਂ ਸਹੀ ਮਾਪਿਓ ਕਦੀ ਗਲਤ ਦੀ ਸੀਜ਼ਨ ਤਾਂ ਲੈਂਦੇ ਨਹੀਂ ਆਪਣੀ ਕੁੜੀ ਲਈ ਕਦੀ ਵੀ ਮਾੜਾ ਨਹੀਂ ਸੋਚਦੇ ਹੈਗੇ ਬਟ ਉਹ ਗਲਤ ਦੀ ਸੀਜ਼ਨ ਹੋ ਗਿਆ ਆ ਲਾਸਟੇ ਆ ਕੇ ਸੋ ਖੁਸ਼ੋਂ ਪੈਣੇ ਅੱਜ ਜ਼ਿੰਦਗੀ ਫਿਲਹਾਲ ਜੋ ਵੀ ਚੱਲ ਰਹੀ ਐ ਪ੍ਰੈਜ਼ੈਂਟ ਤਾਂ ਵਧੀਆ ਚੱਲ ਰਹੀ ਐ ਬੜੀ ਕੁੜੀਆਂ ਦੀ ਤੁਸੀਂ ਮਿਸਾਲ ਬਣਿਓ ਜ਼ਿੰਦਗੀ ਦੇ ਵਿੱਚ ਕੀ ਆਪਣੇ ਉੱਤੇ ਤਸ਼ੱਦਦ ਨਾ ਸੋ ਕਦਮ ਚੱਕੋ ਪਰ ਤੁਹਾਨੂੰ ਲੱਗਦਾ ਕਿ ਪੈਣੇ ਤੁਸੀਂ ਖੁਸ਼ ਨਸੀਬ ਹੋ ਕਿ ਤੁਹਾਡੇ ਮਾਪੇ ਨੇ ਤੁਹਾਨੂੰ ਦੁਆਰਾ ਸੈਪਟ ਕੀਤਾ ਤੁਸੀਂ ਅੱਜ ਪਾਪਾ ਦੇ ਕੋਲ ਹੀ ਆਪਣੇ ਜੌਬ ਕਰਦੇ ਹੋ ਤੁਹਾਡਾ ਆਪਣਾ ਕਾਰੋਬਾਰ ਹੈ ਤੁਸੀਂ ਆਪਣਾ ਕੰਮ ਕਰਦੇ ਹੋ ਪਰ ਹਰ ਕਈ ਵਾਰੀ ਚਲੋ ਕੁਝ ਪੈਣਾ ਹੁੰਦੀਆਂ ਜਿਨ੍ਹਾਂ ਦੇ ਪੇਕੇ 'ਚ ਨਹੀਂ ਫਾਦਰ ਰਹਿੰਦੇ ਆ ਮਦਰ ਨਹੀਂ ਰਹਿੰਦੇ ਉਹ ਪੈਣਾ ਵਿਚਾਰੀਆਂ ਕਿਵੇਂ ਉਸ ਦਰਦ ਦੇ ਵਿੱਚੋਂ ਬਾਹਰ ਆਣ ਮੈਂ ਉਹੀ ਕਹਿੰਦੀ ਮੈਂ ਪਰਮਾਤਮਾ ਦੀ ਸ਼ੁਕਰਗੁਜ਼ਾਰ ਹਾਂ ਵੀ ਮੇਰੇ ਫਾਦਰ ਮੇਰੇ ਪੇਕੇ ਸਪੋਰਟਿਵ ਹਾਂ ਪਹਿਲਾਂ ਪਹਿਲਾਂ ਸੀਗਾ 4-5 ਮਹੀਨੇ ਐਕਸੈਪਟ ਕਰਨ ਨੂੰ ਚੀਜ਼ ਨੂੰ ਟਾਈਮ ਲੱਗਦਾ ਹੁੰਦਾ ਹੈ ਨਾ ਵੀ ਹਾਂ ਵੀ ਮੈਂ ਕਿਵੇਂ ਆਪਣੀ ਫੈਮਲੀ ਚ 10 ਸਾਲ ਆਪਾਂ ਕਿਤੇ ਸੌਰੀ ਰਹਿ ਕੇ ਆਏ ਆ ਆਪਾਂ ਇੱਕਦਮ ਹੀ ਆਪਣੀ ਫੈਮਲੀ ਚ ਆ ਜਾਾਂਗੇ ਬੈਕ ਬਹੁਤ ਕੁਝ ਚੇਂਜ ਹੋਇਆ ਹੁੰਦਾ ਹੈ ਨਾ ਚੱਲ ਸਹੁਰਿਆਂ ਤੋਂ ਆਉਨੇ ਜ਼ਰੂਰ ਨਾ ਬਟ ਰਹਿਣਾ ਹੋਰ ਗੱਲ ਹੋ ਜਾਂਦੀ ਹੁੰਦੀ ਆ ਸਿਸਟਰ ਦਾ ਮਾਪਿਓ ਦਾ ਥੋੜਾ ਦੇਖਣ ਦਾ ਨਜ਼ਰੀਆ ਵਿਆਹੀ ਕੁੜੀ ਨੂੰ ਹੋਰ ਤਰ੍ਹਾਂ ਦਾ ਹੁੰਦਾ ਆ ਤੇ ਮੈਨੂੰ 4 ਕਿ ਮਹੀਨੇ ਬਹੁਤ ਔਡਜਸਟ ਕਰਨ ਨੂੰ ਔਖਾ ਹੋਇਆ ਮੈਂ ਰੋਈ ਜਾਣਾ ਰਾਤ ਸਾਰੀ ਰਾਤ ਵੀ ਮੈਂ ਕੀ ਕਰੂੰਗੀ ਅੱਗੇ ਮੇਰਾ ਕੀ ਬਣੂਗਾ ਮੇਰੇ ਮੁੰਡੇ ਦਾ ਕੀ ਬਣੂਗਾ ਕਹਿਣ ਨੂੰ ਤਾਂ ਹੀ ਕਹਿੰਦੇ ਸੀਗੇ ਵੀ ਹਾਂ ਕੋਈ ਗੱਲ ਨਹੀਂ ਆਪਣਾ ਕੰਮ ਹੈਗਾ ਆ ਚਲੋ ਠੀਕ ਆ ਪਰ ਸਮਾਜ ਜਿਹੜੇ ਲੋਕ ਆ ਹਨਾ ਉਹ ਤੇਰੀ ਕੁੜੀ ਵਗਾਰਾ ਕੇ ਬੈਠ ਗਈ ਆ ਹਾਂ ਕਿੱਦਾਂ ਕੀ ਹੋਇਆ ਅਸਾ ਇਹ ਗੱਲਾਂ ਹੋਈਆਂ ਮਾਵਾ ਹੁੰਦੀਆਂ ਆ ਕੋਈ ਮੂੰਹ ਤੇ ਨਹੀਂ ਕਹਿੰਦਾ ਕਿ ਸੱਟ ਪਿੱਛੇ ਪਤਾ ਲੱਗ ਜਾਂਦੀਆਂ ਹਨਾ ਬਟ ਮੈਂ ਮੈਂ ਸੋਚਿਆ ਸੀ ਵੀ ਮੈਂ ਇਹਨਾਂ ਵਾਲੇ ਧਿਆਨ ਨਹੀਂ ਦੇਣਾ ਹੈਗਾ ਮੈਂ 8-10 ਸਾਲ ਇਹੀ ਸੋਚ ਕੇ ਉੱਥੇ ਰਹੀ ਆ ਹਾਏ ਮੇਰੀ ਨਾਨਾਣ ਕੀ ਸੋਚਦੀਓ ਮੇਰੀ ਸੱਸ ਕੀ ਸੋਚੂਗੀ ਮੇਰੇ ਬਾਰੇ ਮੈਂ ਆ ਕਰੂੰਗੀ ਮੈਂ ਉਹ ਕਰੂੰਗੀ ਮੈਂ ਮੈਂ ਨਹੀਂ ਹੁਣ ਪਰਵਾਹ ਕਰਦੀ। ਕੀ ਬਾਤ ਮੈਨੂੰ ਸਭ ਤੋਂ ਵਧੀਆ ਗੱਲ ਨਾ ਪੈਂਦੀ ਇਹੀ ਲੱਗਦੀ ਹੈ ਕਿਉਂਕਿ ਮੈਂ ਜਦੋਂ ਵੀ ਕਿਸੇ ਪੈਂਦੀ ਵੀਡੀਓ ਦੇਖਦਾ ਨਾ ਏਦਾਂ ਦੀ ਕਿ ਹਸਬੈਂਡ ਕੋਲੋਂ ਵੀ ਮਾਰ ਖਾ ਰਹੀ ਹੈ ਪੈਂਣਾ ਨਾ ਕਿਉਂਕਿ ਜਿਹੜੀ ਪਹਿਲੀ ਚਪੇੜ ਹੈ ਨਾ ਜਾਂ ਪਹਿਲੀ ਗਾਲ ਇਹਦੇ ਤੇ ਰਿਐਕਟ ਕਰਨਾ ਮੈਨੂੰ ਲੱਗਦਾ ਜ਼ਿੰਦਗੀ 'ਚ ਬਹੁਤ ਜ਼ਰੂਰੀ ਹੈ ਜ਼ਰੂਰੀ ਹੈ ਜਦੋਂ ਆਪਾਂ ਪਹਿਲੀ ਵਾਰੀ ਇਹ ਸੋਚ ਕੇ ਕੁੱਟ ਖਾ ਲੈਨੇ ਆ ਕਿ ਚਲੋ ਹੁਣ ਅਗਲੀ ਵਾਰੀ ਨਹੀਂ ਕੁੱਟੇਗਾ ਅਗਲੀ ਵਾਰੀ ਹੁਣ ਗਾਲ ਨਹੀਂ ਕੱਢੇਗਾ ਤਾਂ ਉਹ ਦਿਨ ਬਰ ਦਿਨ ਕੰਮ ਵੱਧਾ ਜਾਂਦਾ ਇਹੀ ਇਹੀ ਮੇਰੇ ਫਾਦਰ ਸਾਹਿਬ ਨੇ ਮਤਲਬ ਉਹ ਹੁਣ ਗਲਤੀ ਮੰਨਦੇ ਆ ਵੇ ਜਦੋਂ ਕੁੜੀ ਸਹੁਰੇ ਘਰ ਜਾਂਦੀ ਆ ਗਲਤ ਨਹੀਂ ਵੇ ਵੈਸੇ ਕਹਿ ਰਹੀ ਮੈਂ ਉਦੋਂ ਜਸਟ ਗੱਲ ਕਰ ਰਹੀ ਆ ਜਦੋਂ ਕੁੜੀ ਸਹੁਰੇ ਘਰ ਜਾਂਦੀ ਆ ਸਹੁਰੇ ਵਾਲੇ ਹੁੰਦੇ ਆ ਅ ਕੁੜੀਰੀ ਹਮੇਸ਼ਾ ਗਲਤੀ ਕਰਦੇ ਆ ਮਾਪੇ ਉਹਦੇ ਅੱਗੇ ਕੁੜੀ ਦੇ ਮਾਪੇ ਉਹ ਅੱਗੇ ਵੀ ਹਾਂ ਤੁਹਾਡੀ ਕੁੜੀ ਐ ਨਹੀਂ ਕਰਦੀ ਰੋਟੀ ਨਹੀਂ ਟਾਈਮ ਸੈਰ ਬਣਾਉਂਦੀ ਇਹ ਵੋ ਤੇ ਮੇਰੇ ਉਹ ਮੇਰੇ ਸਾਹਿਬ ਨਾਲ ਉਹਨਾਂ ਨੂੰ ਸਮਾ ਕੇ ਆਪਣੀ ਕੁੜੀ ਨੂੰ ਉੱਥੇ ਸਪੋਰਟ ਕਰਨੀ ਚਾਹੀਦੀ ਆ ਬਿਲਕੁਲ ਜੇ ਉਹ ਮੁੰਡੇ ਦੀ ਸਪੋਰਟ ਜਦੋਂ ਪੇਰੈਂਟਸ ਕੁੜੀ ਦੇ ਪੇਰੈਂਟਸ ਮੁੰਡੇ ਦੀ ਸਪੋਰਟ ਕਰਦੇ ਆ ਤਾਂ ਮੁੰਡੇ ਨੂੰ ਸ਼ਹਿ ਮਿਲ ਜਾਂਦੀ ਆ ਵੇ ਹਾਂ ਇਹਦੇ ਮਾਪੇ ਵੀ ਮੇਰੇ ਵੱਲ ਹੁਣ ਮੈਂ ਜਿੱਦਾਂ ਮਰਜੀ ਇਹਨੇ ਕੁੜੀ ਨੂੰ ਕਹੀ ਜਾਵਾਂ ਜੇ ਮੇਰੇ ਫਾਦਰ ਸਾਹਿਬ ਨੇ ਉਸ ਟਾਈਮ ਪਹਿਲੀ ਜਾਂ ਦੂਜੀ ਗੱਲ ਦੇ ਉੱਤੇ ਉਹਨੂੰ ਰੋਕਿਆ ਟੋਕਿਆ ਹੁੰਦਾ ਆਈ ਥਿੰਕ ਉਹ ਸਿੱਧਾ ਹੁੰਦਾ ਕੰਮਕਾਰ ਕਰਦਾ ਹੁੰਦਾ ਮਤਲਬ ਆ ਚੀਜ਼ਾਂ ਨਹੀਂ ਸੀ ਹੋਣੀਆਂ ਮੈਂ ਸੋਚਦੀ ਨਹੀਂ ਕਈ ਵਾਰ ਬੈਠੀ ਬੈਠੀ ਕਿ ਮੇਰੇ 10 ਸਾਲ ਖਰਾਬ ਹੋ ਗਏ ਜੇ ਸਾਈਡ ਸੀਜ਼ਨ ਲਿਆ ਹੁੰਦਾ ਤਾਂ ਸ਼ਾਇਦ ਨਹੀਂ ਹੁੰਦਾ ਕੁਝ ਤੁਹਾਨੂੰ ਨਹੀਂ ਲੱਗਦਾ ਪੈਣਾ ਕਿਤੇ ਨਾ ਕਿਤੇ ਚਲੋ ਜੋ ਤੁਹਾਡੀ ਸਟੋਰੀ ਆ ਸੀ ਉਹਦੀ ਰਿਸਪੈਕਟ ਕਰਦੇ ਆ ਤੁਸੀਂ ਆਵਾਜ਼ ਚੱਕੀ ਤੁਸੀਂ ਡਿਸੀਜਨ ਲਿੱਤਾ ਕਿ ਮੈਂ ਹੁਣ ਅੱਗੇ ਹੋਰ ਮਾਰ ਨਹੀਂ ਖਾਣੀ ਜੇ ਤੁਹਾਨੂੰ ਤੁਹਾਡੇ ਮਾਪ ਬਾਬੇ ਪਿੱਛੇ ਪੇਕੇ ਚ ਸੈਪਟਰ ਨਾ ਕਰਦੇ ਕਿ ਨਹੀਂ ਹੁਣ ਤੂੰ ਸਾਡੇ ਵੱਲੋਂ ਤੂੰ ਤੋੜਤੀਆਂ ਹੁਣ ਤੂੰ ਆਪ ਦੇਖ ਤਾ ਤੁਸੀਂ ਕੀ ਕਰਨਾ ਸੀ ਅੱਗੇ ਮੈਂ ਇਹੀ ਸੋਚਿਆ ਹੋਇਆ ਸੀ ਮੈਂ ਕਿ ਮੈਂ ਜਿੱਦਾਂ ਵੀ ਕਿਦਾਂ ਇਥੋਂ ਘਰੋਂ ਨਿਕਲ ਜਾਣਾ ਮੈਂ ਪਰ ਹੁਣ ਕੋਟ ਨਹੀਂ ਖਾਣੀ ਹੈਗੀ ਮੈਂ ਇਦਾਂ ਸੋਚਿਆ ਫਿਊਚਰ ਕੋਈ ਪਲੈਨਿੰਗ ਨਹੀਂ ਕੋਈ ਪਲੈਨਿੰਗ ਨਹੀਂ ਸੀ ਮੈਂ ਜੋਬ ਕਰਦੀ ਸੀ ਉਸ ਟਾਈਮ ਮੈਨੂੰ 8000 ਰੁਪਏ ਮਿਲਦਾ ਹੁੰਦਾ ਸੀਗਾ ਜੋਬ ਕਰਦੀ ਸੀ ਆਈ ਮੀਨ ਉਹਨਾਂ ਤੋਂ ਉਹ ਵੀ ਬਰਦਾਸ਼ਤ ਨਹੀਂ ਸੀ ਹੁੰਦਾ ਵੇ 8-10000 ਰੁਪਏ ਲੈ ਕੇ ਆਉਂਦੀ ਆ ਆਪਣੇ ਬੱਚੇ ਨਾਲ ਖੁਸ਼ ਰਹਿੰਦੀ ਆ ਜਾਂ ਆਉਂਦੀ ਜਾਂਦੀ ਆ ਮੀਨਸ ਮੈਂ ਕੁੜੀਆਂ ਸੀਗੀਆਂ ਜਿਹੜੀਆਂ ਉੱਥੇ ਮੇਰੇ ਨਾਲ ਕੰਮ ਕਰਦੀਆਂ ਉਹ ਸਪੋਰਟ ਕਰਦੀਆਂ ਹੁੰਦੀਆਂ ਸੀ ਵੇ ਹਾਂ ਤੈਨੂੰ ਇਹ ਚੀਜ਼ਾਂ ਸਹਿਣੀਆਂ ਨਹੀਂ ਚਾਹੀਦੀਆਂ ਹੈਗੀਆਂ ਵੇ ਤੂੰ ਮੈਂ ਇਦਾਂ ਸੋਚੀ ਸੀ ਮੈਂ ਕਮਰਾ ਲੈ ਲੂੰਗੀ ਰੂਮ ਲੈ ਲੂੰਗੀ ਉੱਥੇ ਰਹਿ ਲੂੰਗੀ ਜੇ ਪਰ ਮੈਂ ਲਾਸਟ ਕਹਤਾ ਸੀ ਮੈਂ ਕਿਹ ਲੈ ਕੇ ਜਾਣਾ ਕਿ ਨਹੀਂ ਲੈ ਕੇ ਜਾਣਾ ਤੇ ਦਿਮਾਗ ਚ ਕਦੀ ਗਲਤ ਖਿਆਲ ਨਹੀਂ ਆਇਆ ਕਿ ਮੈਂ ਖਤਮ ਕਰ ਲੈਣਾ ਆਪਣੇ ਆਪ ਨੂੰ ਸੀ ਮੈਂ ਇਹੀ ਧਮਕੀ ਦਿੱਤੀ ਸੀ ਕਿ ਘਰ ਦਿਆਂ ਨੂੰ ਤੇ ਮੈਂ ਕਿਹਾ ਵੀ ਮੈਨੂੰ ਮਰੀ ਨੂੰ ਲੈ ਕੇ ਜਾਓਗੇ ਜਿੱਕੇ ਹੋਣੇ ਲੈ ਕੇ ਜਾਓ ਉਹ ਵੀ ਲੈ ਕੇ ਇਦਾਂ ਗਏ ਅ ਇਹਨਾਂ ਨੇ ਸਾਡੀ ਗੱਡੀ ਦੇ ਵਿੱਚ ਹਨਾ ਲੜਾਈ ਜੀ ਹੋ ਗਈ ਸੀ ਕਿਸੇ ਦੀ ਤੇ ਮੈਂ ਉੱਥੇ ਨਾ ਕੋਈ ਉਹ ਲੇਡੀ ਨੂੰ ਮਾਰ ਰਿਹਾ ਸੀਗਾ ਸਾਡੇ ਇਹਨਾਂ ਦੇ ਰਿਸ਼ਤੇਦਾਰੀ ਦੇ ਵਿੱਚੋਂ ਹੀ ਮਾਰ ਰਿਹਾ ਸੀਗਾ ਕਿਸੇ ਨੂੰ ਤਾਂ ਮੈਂ ਕਾਲ ਕੀਤੀ ਪੁਲਿਸ ਬੁਲਾਤੀ ਉਹਨਾਂ ਦੇ ਹਨਾ ਤੇ ਉਹ ਪੁੱਛ ਗਿੱਚ ਕੇ ਇੱਕ ਚਲ ਗਏ ਅ ਮੇਰੇ ਹਸਬੰਡ ਨੂੰ ਹੋਇਆ ਵੀ ਇਹਨੇ ਐਡਾ ਵੱਡਾ ਡਿਸੀਜਨ ਲੈ ਲਿਆ ਵੀ ਲੜਾਈ ਕਿਸੇ ਹੋਰ ਦੇ ਘਰ ਹੋ ਰਹੀ ਹੈ ਬੇ ਇਹਨੇ ਬਿਲਕੁਲ ਬਈ ਮੈਂ ਕਿਹਾ ਵੀ ਮੈਂ ਕਿੰਨਾ ਕੁ ਦਿਨ ਆਪਾਂ ਦੇਖੀ ਆ ਸਾਹਮਣੇ ਆਪਣੇ ਮਾਰੀ ਜਾ ਰਿਹਾ ਪਿਆ ਵੀ ਮੇਰੇ ਤੇ ਵੀ ਇਹ ਚੀਜ਼ਾਂ ਹੁੰਦੀਆਂ ਹਨਾ ਤੇ ਉਸ ਤੋਂ ਬਾਅਦ ਫਿਰ ਇੱਕ ਦਿਨ ਮੇਰੇ ਬੇਟੇ ਨੂੰ ਲੈ ਕੇ ਮੇਰੀ ਤੇ ਮੇਰੇ ਸਾਸਦੇ ਵਿੱਚ ਲੜਾਈ ਹੋਈ ਸੀਗੀ ਉਹ ਮੈਨੂੰ ਕਹਿੰਦੀ ਤੂੰ ਮੁੰਡੇ ਨੂੰ ਇਦਾਂ ਕਹਿ ਰਹੀ ਆ ਕਹਿ ਰਹੀ ਆ ਕਿ ਤੂੰ ਪਿੱਛੋਂ ਲੈ ਕੇ ਆਈ ਮੀਨ ਤੋਂ ਮੈਨੂੰ ਗਲਤ ਬੋਲਦੇ ਸੀਗੇ ਹਨਾ ਬਰਦਾਸ਼ ਕੋਣ ਬਰਦਾਸ਼ ਕਰਦਾ ਵਾ ਐਵੇਂ ਤੇ ਇੱਦੀ ਗੱਲ ਵੱਧੀ ਵੱਧੀ ਗਈ ਮੈਂ ਕਾਲ ਕਰਤੀ ਪੁਲਿਸ ਨੂੰ ਪੁਲਿਸ ਆਈ ਉਹ ਗਲੀ ਦੇ ਵਿੱਚ ਥੋੜੇ ਨਾਮਵਾਰ ਬੰਦੇ ਆਪਾਂ ਕਹਿ ਲਈਏ ਤੇ ਉਹ ਮੁੰਡੇ ਦੀ ਸੁਣਨੇ ਆ ਲੋਹਾਂ ਦੀ ਕਿੱਥੇ ਕੋਈ ਸੁਣਦਾ ਸੌਹਰਿਆਂ ਦੇ ਘਰ ਉਹਨਾਂ ਨੇ ਇਦੇ ਰਫਾ ਦਫਾ ਕਰ ਦਿੱਤਾ ਮੀਨਜ਼ ਉਹ ਫਿਰ ਵੀ ਮੈਨੂੰ ਅੱਖਾਂ ਘੜਦਾ ਪਿਆ ਸੀਗਾ ਤੇ ਮੈਂ ਕਿਹਾ ਵੀ ਠੀਕ ਆ ਵੀ ਇਦਾਂ ਗੱਲਾਂ ਨਹੀਂ ਨਿਬੜਨੀਆਂ ਹੈਗੀਆਂ ਆਪਾਂ ਆਪਣੇ ਪੇਰੈਂਟਸ ਨੂੰ ਬੁਲਾਉਨੇ ਆ ਤਾਂ ਆਪਣੇ ਰਿਸ਼ਤੇਦਾਰੀ ਸਾਰੇ ਭੈਣਾ ਭੂਣਾ ਵਲਾਹ ਜਿਹੜੀਆਂ ਵਿਆਹ ਦੇ ਵਿੱਚ ਜਿਨ੍ਹਾਂ ਨੇ ਹਾਮੀ ਭਰੀ ਸੀ ਮੈਨੂੰ ਕਹਿੰਦੀਆਂ ਹੁੰਦੀਆਂ ਸੀ ਬਚੋਲੇ ਬਈ ਤੈਨੂੰ ਕੋਈ ਪ੍ਰੋਬਲਮ ਹੋ ਗਈ ਤੂੰ ਸਾਨੂੰ ਦੱਸੀ ਜਾਂ ਇਹ ਆ ਉਹ ਤੈਨੂੰ ਅਸੀਂ ਪੇਕੇ ਲੈ ਕੇ ਆਵਾਂ ਮੈਂ ਕਿਉਂ ਉਹਨਾਂ ਨੂੰ ਸਾਧ ਹੁਣ ਸਾਰਿਆਂ ਨੂੰ ਬਿਠਾ ਆ ਮੈਂ ਆਪਣੇ ਪੇਰੈਂਟਸ ਬੁਲਾਉਨੇ ਆ ਆਪਾਂ ਕਿਸੇ ਆਈ ਖਤਮ ਕਰ ਦਿੰਦੇ ਆ ਉਹ ਉਹ ਪਰਸਨ ਇਦਾਂ ਦਾ ਸੀ ਉਹਨੇ ਆਪਣਾ ਕੋਈ ਰਿਸ਼ਤੇਦਾਰ ਨਹੀਂ ਬੁਲਾਇਆ ਕੋਈ ਕੁਛ ਨਹੀਂ ਜਿਹੜੇ ਗਲੀ ਗਵਾਨ ਦੇ ਸੀਗੇ ਉਹਨਾਂ ਨੂੰ ਕੀਤਾ ਇਕੱਠਾ ਕਿਉਂਕਿ ਉਹਨੂੰ ਪਤਾ ਸੀ ਉਹਦੇ ਰਿਸ਼ਤੇਦਾਰਾਂ ਨੇ ਮੇਰੀ ਸਾਈਡ ਹੀ ਲੈਣੀ ਆ। ਕਿਉਂ ਉਹ ਗਲਤ ਕਰਦਾ ਸੀਗਾ ਨਾ ਮੇਰੇ ਨਾਲ ਤੇ ਉੱਥੇ ਗੱਲਬਾਤ ਗਲੀ ਗਵਾਨ ਨੇ ਜੋ ਮੇਰੇ ਮੰਮੀ ਤੇ ਡੈਡੀ ਤੇ ਮੈਂ ਅਸੀਂ ਤਿੰਨੇ ਜਾਣੇ ਸੀ ਤੇ ਉਹ 12 ਜਾਣੇ ਬੈਠੇ ਹੋਏ ਸੀ। ਉਹਨਾਂ ਨੇ ਇੰਨੀ ਬੈਂਸ ਕੀਤੀ ਆਈ ਮੀਨ ਮੇਰੇ ਫਾਦਰ ਰੋਣ ਲੱਗ ਗਏ ਸੀਗੇ ਉੱਥੇ ਸਿਰਫ ਮੇਰੇ ਕਰਕੇ ਵੇ ਹਾਂ ਵੇ ਮੇਰੀ ਕੁੜੀ ਨੂੰ ਇਦਾਂ ਬੋਲਦੇ ਆ ਬਹੁਤ ਬਲੇਮ ਲਾਇ ਉਹਨਾਂ ਨੇ ਬਹੁਤ ਬਲੇਮ ਲਾਇ ਤੇ ਗਲੀ ਵਾਲੇ ਨੇ ਕਿਹਾ ਵੀ ਤੂੰ ਸਾਡੇ ਕਹਿਣ ਤੇ ਰੁਕ ਜਾ ਮੈਂ ਕਿਹਾ ਵੀ ਮੈਂ ਨਹੀਂ ਰਹਿਣਾ ਹੈਗਾ ਵੀ ਮੇਰੇ ਮਾਪੇ ਉਹਦੇ ਤੁਸੀਂ ਇੰਨੀ ਇਨਸਲਟ ਕੀਤੀ ਆ ਵੀ ਮੈਂ ਕਿਹਾ ਮੈਂ ਨਹੀਂ ਰਹਿਣਾ ਤੇ ਉਹ ਕਹਿੰਦੇ ਵੀ ਚੱਲ ਤੂੰ ਸਾਡੇ ਕਹਿਣ ਤੇ 10 ਦਿਨ ਵੇਟ ਕਰ ਬਈ ਦੇਖਦੇ ਆ ਕੀ ਮਾਹੌਲ ਬਣਦਾ ਮਾਹੌਲ ਕੀ ਬਣਨਾ ਸੀ ਜਦ ਆਪਸ ਦੇ ਵਿੱਚ ਸਾਡੀ ਅੰਡਰਸਟੈਂਡਿੰਗ ਹੀ ਨਹੀਂ ਸੀਗੀ ਉਹ ਹਫਤੇ ਬਾਅਦ ਫਿਰ ਲੜਾਈ ਕਲੇਸ਼ ਤੇ ਫਿਰ ਮੇਰੇ ਫਾਦਰ ਮੈਨੂੰ ਲੈ ਆਏ ਸੀਗੇ ਤਨੂ ਲੱਗਾ ਸੌਰੀ ਮੈਂ ਇੰਟਰਪਟ ਕਰਾਂਗੀ ਕਿ ਕਿਤੇ ਨਾ ਕਿਤੇ ਪੈਣੇ ਕੁਝ ਮੁੰਡੇ ਕੁੜੀਆਂ ਇਸ ਚੀਜ਼ ਦਾ ਫਾਇਦਾ ਵੀ ਚੱਕਦੇ ਨੇ ਕਈ ਵਾਰ ਹੁੰਦਾ ਹੈ ਕਿ ਦੋ ਇੱਕ ਕਪਲ ਨੇ ਲਵ ਮੈਰਿਜ ਕਰਾਈ ਹੁੰਦੀ ਹੈ ਮੁੰਡੇ ਨੇ ਕੁੜੀ ਨੂੰ ਪਿਆਰ ਕੀਤਾ ਹੁੰਦਾ ਕੁੜੀ ਨੇ ਮੁੰਡੇ ਨੂੰ ਕੀਤਾ ਹੁੰਦਾ ਪਰ ਉਹਨਾਂ ਦੀ ਜ਼ਿੰਦਗੀ 'ਚ ਕੋਈ ਤੀਜਾ ਆ ਜਾਂਦਾ ਹਾਂਜੀ ਔਰ ਜਦੋਂ ਜ਼ਿੰਦਗੀ 'ਚ ਕੋਈ ਤੀਜਾ ਆ ਜਾਂਦਾ ਹੈ ਤਾਂ ਉਹ ਦੋਨਾਂ ਦੀ ਲੜਾਈ ਹੋਣੀ ਸ਼ੁਰੂ ਹੋ ਜਾਂਦੀ ਨਹੀਂ ਆਈ ਥਿੰਕ ਹੁੰਦਾ ਹੋਊਗਾ ਇਦਾਂ ਬਟ ਸਾਡੇ ਕੇਸ ਦੇ ਵਿੱਚ ਐਵੇਂ ਦਾ ਕੁਝ ਨਹੀਂ ਸੀਗਾ ਅੰਡਰਸਟੈਂਡਿੰਗ ਹੀ ਨਹੀਂ ਸੀ ਜਦੋਂ ਆਪਾਂ ਆਪਾਂ ਵਿਆਹ ਕਰਕੇ ਕੁੜੀ ਨੂੰ ਆਪਣੇ ਘਰ ਲੈ ਕੇ ਆਉਂਦੇ ਆ ਆਪਣੀ ਪੂਰੀ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਉਹ ਕੁੜੀ ਨੂੰ ਜਿੰਨੀ ਉਹ ਪੇਚ ਬਣਦੀ ਇੱਜ਼ਤ ਦੀ ਹੈ ਜਿੰਨੀ ਉਹ ਪੇਕਿਆਂ ਦੇ ਘਰ ਆ ਆਪਾਂ ਉਸ ਤੋਂ ਵਧੀਆਂ ਕਰੇ ਤਾਂ ਉਹ ਸਾਰੀ ਜ਼ਿੰਦਗੀ ਹਮਸਫਰ ਰਵਾਨੇ ਸਾਡੇ ਨਾਲ ਚੱਲੂਗੀ ਹੈ ਨਾ ਜੇ ਆਪਾਂ ਉਹੀ ਉਹਨੂੰ ਮਾਪਿਆਂ ਦੀਆਂ ਗਾਲਾਂ ਕੱਢੀ ਜਾਵਾਂਗੇ ਉਹੀ ਉਹਦੇ ਤੇ ਹੱਥ ਚੱਕਾਂਗੇ ਮੈਂ ਮੇਰੇ ਨਾਲ ਤਾਂ ਇਦਾਂ ਦੇ ਸੀਨ ਹੋਏ ਹੋਏ ਸੀ ਇੱਟ ਇੱਟ ਤੱਕ ਛੱਡ ਕੇ ਮਾਰਨ ਤੱਕ ਮੇਰੇ ਤੱਕ ਆਉਂਦਾ ਹੁੰਦਾ ਸੀਗਾ ਤੇ ਜਦੋਂ ਮੈਂ ਇਹ ਚੀਜ਼ ਆਪਣੇ ਵਿਛੋਲੇ ਨੂੰ 5 ਸਾਲ ਬਾਅਦ ਦੱਸਿਆ ਸੀਗਾ ਉਹ ਮੇਰੇ ਨਾਲ ਐਵੇਂ ਕਰਦਾ ਵਾ ਇਦਾਂ ਕਰਦਾ ਤੇ ਉਹ ਕਿੰਦੂ ਸਾਨੂੰ ਪਹਿਲਾਂ ਨਹੀਂ ਅਸੀਂ ਪਹਿਲਾਂ ਆਪਾਂ ਦੱਸਣ ਜੋਗੇ ਰਾਵਾਂਗੇ ਨਾ ਕਿਉਂਕਿ ਮਾਪਿਓ ਦਾ ਫੇਸ ਅੱਗੇ ਆਉਂਦਾ ਆ ਮੇਰੀ ਇੱਕ ਭੈਣ ਹੈ ਉੱਥੇ ਲੁਧਿਆਣੇ ਵਿਆਹ ਹੋ ਗਿਆ ਸੀ ਉਹ ਵੀ ਇਹਨਾਂ ਦੀ ਗਾਂ ਰਿਸ਼ਤੇਦਾਰੀ ਦੇ ਵਿੱਚ ਵਿਆਹ ਹੋਈ ਤੇ ਉਹਦੇ ਕਰਕੇ ਮੈਨੂੰ ਘਰ ਦੇ ਚੁੱਪ ਕਰਾਉਂਦੇ ਸੀ ਵੀ ਤੂੰ ਐਦਾਂ ਕਰੇਂਗੀ ਬਦਨਾਮੀ ਹੋਊਗੀ ਉਹਦੇ ਸਹੁਰੇ ਨਾਲ ਉਹ ਕਹਿੰਦੇ ਬਸ ਲੋਕ ਕੀ ਕਹਿਣਗੇ ਮਾਪਿਓ ਕੀ ਕਹਿਣਗੇ ਇਹ ਹੀ ਚੱਕਰ ਚਾਹ ਕੁਝ ਹੁਣ ਪਹਣੇ ਜਦੋਂ ਇੰਨਾ ਵੱਡਾ ਡਿਸੀਜਨ ਲੈ ਲਿਆ ਹੁਣ ਫਾਈਨਲੀ ਤੁਹਾਡਾ ਡਿਵੋਰਸ ਹੋ ਚੁੱਕਾ ਹਾਂਜੀ ਇਹ ਜਿਹੜਾ ਡਾਈਵੋਰਸ ਦਾ ਡਿਸੀਜਨ ਆ ਇਹ ਵੀ ਮੇਰਾ ਮੇਰੇ ਕੋਈ ਪੇਰੈਂਟਸ ਨੇ ਨਹੀਂ ਮੇਰੇ ਤੇ ਜ਼ੋਰ ਪਾਇਆ ਉਹ ਤਾਂ ਕਹਿੰਦੇ ਸੀ ਤੂੰ ਕੇਸ ਲੜ ਤੂੰ ਕਾਲੀ ਪਾਉਂਦੀ ਆ ਪਰ ਮੈਨੂੰ ਪਤਾ ਸੀ ਨਾ ਮੇਰੀ ਕੇਸ ਕਿਸ ਤੇ ਦਾ ਤੁਸੀਂ ਕੋਈ ਉਹਨਾਂ ਕੋਲ ਪੈਸੇ ਦਾ ਕੋਈ ਚੱਕਰ ਸੀਗਾ ਨਹੀਂ 1.5 ਸਾਲ ਹੋ ਗਏ ਸੀ ਜਦੋਂ ਮੈਨੂੰ ਇੱਥੇ ਤੈਨੂੰ ਤੇ ਇਹਨਾਂ ਵੱਲੋਂ ਨਾ ਮੇਰੀ ਸੱਸ ਨਾ ਮੇਰੀ ਕੋਈ ਨਣਾਨਾ ਨਾ ਹਸਬੰਡ ਆਇਆ ਨਹੀਂ ਕੋਈ ਵੀ ਤੇ ਮੀਨਸ ਹੁਣ ਫੇ ਮੈਂ ਕਿੰਨੀ ਕਿ ਦਿਨ ਦੇਖਣਾ ਸੀਗਾ ਮੈਂ ਥਾਣੇ 'ਚ ਜਾ ਕੇ ਦਰਖਾਸਤ ਦਿੱਤੀ ਵੀ ਮੈਨੂੰ ਇਹਨਾਂ ਨੇ ਕੁਝ ਪੁੱਛਿਆ ਗਿੱਚਿਆ ਨਹੀਂ ਕਿਉਂਕਿ ਮੈਂ ਉੱਥੋਂ ਕੋਈ ਸਮਾਨ ਵੀ ਨਹੀਂ ਸੀ ਆਪਣਾ ਲੈ ਕੇ ਆਈ ਸਾਰਾ ਟੋਟਲੀ ਸਮਾਨ ਮੇਰਾ ਉੱਥੇ ਸੀਗਾ ਲੋਕ ਕਰਕੇ ਆ ਗਈ ਸੀ ਬਸ ਤੇ ਉਸ ਤੋਂ ਬਾਅਦ ਉਹ ਦਰਖਾਸਤ ਦੇ ਵਿੱਚ ਜਦੋਂ ਮੈਂ ਆਪਣੇ ਨਣਾਨਾ ਦੇ ਉਹਨਾਂ ਦੇ ਹਸਬੰਡ ਦੇ ਸਾਰਿਆਂ ਦੇ ਨਾਮ ਲਿਖਾਏ ਤਾਂ ਫਿਰ ਮੇਰਾ ਨਨਦੋਈ ਆ ਇੱਕ ਆਇਆ ਉਹ ਵੀ ਕਿਉਂ ਉਹ ਵੀ ਆਪਣੇ ਮਤਲਬ ਨੂੰ ਵੀ ਇਹ ਉਥੋਂ ਦਰਖਾਸਤ ਵਾਪਸ ਲੈ ਲੂਗੀ ਤੇ ਆਪਾਂ ਇਹਨੂੰ ਪਤੇ ਆਪ ਤੋਂ ਕਿ ਵੇ ਵਾਪਸ ਘਰ ਲੈ ਜਾਵਾਂਗੇ ਉੱਥੇ ਜਾ ਕੇ ਫਿਰ ਜਿੱਦਾਂ ਰਹਿੰਦੇ ਆ ਰਹੀ ਜਾਣਗੇ ਮੇਰੇ ਡੈਡੀ ਨੇ ਡਿਸੀਜਨ ਮੇਰੇ ਤੇ ਛੱਡ ਦਿੱਤਾ ਸੀ ਹੋ ਤਾਂ ਜਾਂਦਾ ਪੇਰੈਂਟਸ ਨੂੰ ਵੀ ਬੇਹਾਂ ਇਹ ਚਲ ਜਵੇ ਸਾਰੇ ਸ਼ਹਿਰੇ ਦਾ ਘਰ ਬਸ ਜਿਵੇਂ ਇਹ ਮੈਂ ਕਿਹਾ ਮੈਨੂੰ ਪਤਾ ਨਾ ਉਹ ਬੰਦਾ ਨਹੀਂ ਸੋਚ ਸਕਦਾ ਹੈ ਜਿੰਨੇ ਦੇਖੋ ਜਿੰਨੇ ਕੱਟੀ ਹੁੰਦੀ ਹੈ ਉਹਨੂੰ ਪਤਾ ਹੁੰਦਾ ਹੁਣ ਜਿਹੜੇ ਹਾਲਾਤਾਂ ਤੁਸੀਂ ਰਹੇ ਹੋ ਕੋਈ ਹੋਰ ਕਿਵੇਂ ਸੋਚ ਸਕਦਾ ਆਓ ਉਹਦਾ ਉਸ ਬੰਦੇ ਦਾ ਫੇਸ ਲੋਕਾਂ ਦੇ ਵਿੱਚ ਪਬਲਿਕ ਦੇ ਵਿੱਚ ਹੋਰ ਸੀ ਤੇ ਘਰ ਵਿੱਚ ਕੁਝ ਹੋਰ ਸੀਗਾ ਤੇ ਜਦੋਂ ਆ ਅਸੀਂ ਮਤਲਬ ਉਹਨੇ ਡਰਦੇ ਨੇ ਜਦੋਂ ਮੈਂ ਨਾ ਕਹਤੀ ਵੀ ਮੈਂ ਨਹੀਂ ਹੋਣਾ ਉਹਨੇ ਡਰਦੇ ਨੇ ਉਹਨਾਂ ਨੇ ਫਟਾਫਟ ਹਿੰਨਾ ਡਾਈਵੋਰਸ ਲਾ ਦਿੱਤਾ ਉਧਰੋਂ ਜੀ ਡਾਈਵੋਰਸ ਲਾਤਾ ਤੇ ਮੈਨੂੰ ਆਇਆ ਸਮਨ ਆਇਆ ਡਾਈਵੋਰਸ ਦਾ ਬੇ ਹਾਂ ਡਾਈਵੋਰਸ ਲਾਤਾ ਸੀ ਹੈਰਾਨ ਰਹਿ ਗਿਆ ਮੈਂ ਕਿ ਅਸੀਂ ਤਾਂ ਹਜੇ ਬੈਠ ਕੇ ਗੱਲ ਕਰਨ ਬਾਰੇ ਸੋਚਦੇ ਸੀ ਵੀ ਇਹਨਾਂ ਨੇ ਫਟਾਫਟ ਡਾਈਵੋਰਸ ਦਾ ਵੀ ਲਾ ਦਿੱਤਾ ਉਸ ਤੋਂ ਬਾਅਦ ਤਰੀਕਾ ਤਰੂਕਾ ਪਈਆਂ ਜਦੋਂ ਅੰਮੋ ਸਾਹਮਣੇ ਹੋਏ ਅਸੀਂ ਤਾਂ ਗਿਆ ਉਹਦੇ ਜੱਜ ਦੇ ਕੋਲ ਉੱਥੇ ਜਾ ਕੇ ਜੱਜ ਨੇ ਉਹਨੂੰ ਪੁੱਛਿਆ ਤੇ ਮੈਨੂੰ ਪੁੱਛਿਆ ਮੈਂ ਤਾਂ ਆਪਣੀ ਡਿਸੀਜਨ ਤੇ ਪੱਕੀ ਸੀ ਜੇ ਮੈਨੂੰ ਤਾਂ ਡਾਈਵੋਰਸ ਹੀ ਚਾਹੀਦਾ ਵਾ ਇਸ ਬੰਦੇ ਤੋਂ ਤੇ ਜਦੋਂ ਜੱਜ ਨੇ ਕਿਹਾ ਵੀ ਇਹ ਤਾਂ ਹੁਣ ਡਾਈਵੋਰਸ ਮੰਗਦੀ ਆ ਕਹਿੰਦਾ ਵੀ ਮੈਂ ਰੱਖਣੀ ਆ ਕਹਿੰਦਾ ਕਿੰਨਾ ਚਿਰ ਹੋ ਗਿਆ ਕੇਸ ਰਾਏ ਨੂੰ ਉਹ ਕਹਿੰਦਾ 2 ਸਾਲ ਹੋ ਗਏ ਕਹਿੰਦਾ ਹੁਣ ਤੂੰ ਰੱਖਣੀ ਆ ਵੀ ਤੂੰ ਮੈਂ ਤਾਂ ਉੱਥੇ ਰੋ ਰੋ ਹੀ ਨਹੀਂ ਮਤਲਬ ਬੋਲ ਪਈ ਵੀ ਮੈਨੂੰ 2 ਸਾਲ 3 ਸਾਲ ਇਹਨੇ ਪੁੱਛਿਆ ਨਹੀਂ ਵੀ ਹੁਣ ਕੇਸ ਇਸ ਹਿਸਾਬ ਨਾਲ ਇਹਨੇ ਰੱਖਣਾ ਵੀ ਮੈਂ ਆਪਣਾ ਜਵਾਕ ਇਕੱਲੀ ਪਾਲਦੀ ਰਹੀ ਆ ਨਾ ਇਹਨੇ ਫੋਨ ਕੀਤਾ ਨਾ ਇਹ ਕੁਝ ਤੇ ਜੱਜ ਨੇ ਵੀ ਕਹਿਤਾ ਵੇ ਤੂੰ ਇਹਦਾ ਚਲ ਕੁੜੀ ਕਹਿੰਦੀ ਆ ਤੈਨੂੰ ਕੀ ਚਾਹੀਦਾ ਮੈਂ ਕਹਾਂ ਮੈਨੂੰ ਕੁਝ ਨਹੀਂ ਚਾਹੀਦਾ ਹਾਂ ਜੇ ਆਪਣੇ ਮੁੰਡੇ ਲਈ ਇਹ ਕੁਝ ਕਰ ਸਕਦਾ ਤਾਂ ਠੀਕ ਆ ਜੱਜ ਨੇ ਖਰਚਾ ਲਾਇਆ ਸੀ 15 ਤੋਂ 18 ਲੱਖ ਰੁਪਈਆ ਵੇ ਤੂੰ ਇੱਕੋ ਵਾਰ ਇਹ ਰਕਮ ਸਾਰੀ ਆਪਣੇ ਜਵਾਕ ਦੇ ਨਾਮ ਲਾ ਦੇ ਉੱਥੇ ਮੰਨੇ ਆਇਆ ਕਹਿੰਦਾ ਠੀਕ ਆ ਓਕੇ ਮੈਂ ਦੇ ਦੂੰਗਾ ਦੂਜੀ ਤਰੀਕ ਪਈ ਕਹਿੰਦਾ ਵੇ ਆਪਣੀ ਮੰਮੀ ਨੂੰ ਨਾਲ ਲੈ ਕੇ ਆਉਂਗਾ ਫਿਰ ਕੱਲਾ ਆ ਗਿਆ ਮਾਂ ਆਪਣੀ ਨੂੰ ਨਾਲ ਨਹੀਂ ਲੈ ਕੇ ਆਇਆ ਉੱਥੇ ਜਾ ਕੇ ਕਹਿੰਦਾ ਜੀ ਮੈਂ ਤਾਂ ਰੱਖਣੀ ਆ ਹਾਂ ਨਾ ਜੱਜ ਕਹਿੰਦਾ ਮੈਨੂੰ ਪਤਾ ਤਾ ਹੁਣ ਕੇਸ ਵੇਚਣਾ ਕਹਿੰਦਾ ਪਿਆ ਵਾ ਤੈਨੂੰ ਪੈਸੇ ਦੇਣੇ ਪੈਣੇ ਆ ਵੇ ਤਾਂ ਤੂੰ ਰੱਖਣੀ ਆ ਤੇ ਕਹਿੰਦਾ ਮੈਂ ਫੇਰ ਕੇਸ ਵਾਪਸ ਲੈਣਾ ਵਾ ਜੇ ਨੇ ਨਹੀਂ ਜਾਣਾ ਉਹ ਹੁਣ ਕਾਨੂੰਨੀ ਆ ਪਤਾ ਨਹੀਂ ਸ਼ਾਇਦ ਕੇਸ ਵਾਪਸ ਲੈ ਸਕਦੇ ਆ ਉਹਨੇ ਤੀਜੀ ਤਰੀਕ ਦੇ ਵਿੱਚ ਕੇਸ ਵਾਪਸ ਲੈ ਲਿਆ ਤੇ ਮੈਨੂੰ ਕਹਿੰਦਾ ਉਹਦਾ ਵਕੀਲ ਹੀ ਮੈਨੂੰ ਕਹਿੰਦਾ ਵੀ ਆਪਾਂ ਮੁੰਡੇ ਵੀ ਤੁਸੀਂ ਮੁੰਡੇ ਵੱਲੋਂ ਕੋਈ ਉਹ ਨਾ ਲਾਇਓ ਕੇਸ ਨਾ ਲਾਇਓ ਆਪਾਂ ਮਿਊਚੁਅਲ ਡਾਈਵੋਰਸ ਲੈ ਲੈਂਦੇ ਆ ਮੈਨੂੰ ਸੀਗਾ ਮੈਂ ਕਿਹਾ ਮੇਰੇ ਪਹਿਲੇ 2-3 ਸਾਲ ਖਰਾਬ ਹੋ ਗਏ ਮੈਂ ਕਿ 15-20 ਲੱਖ ਰੁਪਏ ਨੂੰ ਫੇਰ ਕੋਰਟ ਕਚਹਿਰੀਆਂ ਦੇ ੱਤੇ ਖਾਉਂਗੀ ਹੈ ਨਾ ਤੇ ਮੈਂ ਕਿਹਾ ਓਕੇ ਠੀਕ ਆ ਮੈਂ ਨਾ ਮੈਂ ਆਪਣੇ ਵੱਲੋਂ ਕੇਸ ਲਾਉਣੀ ਨਾ ਮੈਂ ਮੁੰਡੇ ਵੱਲੋਂ ਲਾਉਂਗੀ ਬਸ ਮੈਨੂੰ ਏ ਇਦਾਂ ਆ ਵੀ ਮੈਂ ਇਹਨੂੰ ਇਹ ਕਹੇ ਵੀ ਮੈਂ ਮਹੀਨੇ ਬਾਅਦ ਮੁੰਡੇ ਨੂੰ ਮਿਲਣਾ ਦੋ ਮਹੀਨੇ ਬਾਅਦ ਮੈਂ ਕਿਹਾ ਉਹ ਕੁਝ ਨਹੀਂ ਹੋਊਗਾ ਇਹਨੂੰ ਆਪਣੇ ਇਹ ਆਪਣੇ ਪੈਸੇ ਲੈ ਜਾ ਜੀ ਮੈਂ ਆਪਣਾ ਮੁੰਡਾ ਲੈ ਜਾਂਦੀ ਆ ਮੈਂ ਤੇ ਫਿਰ ਉਹ ਮੰਨ ਗਿਆ ਕਹਿੰਦਾ ਠੀਕ ਆ ਮੈਨੂੰ ਕੋਈ ਪ੍ਰੋਬਲਮ ਨਹੀਂ ਮੀਨਸ ਉਹ ਬੰਦੇ ਨੂੰ ਜੇ ਆਪਣੇ ਮੁੰਡੇ ਨਾਲ ਵੀ ਅਟੈਚਮੈਂਟ ਨਹੀਂ ਸੀ ਉਹਨੇ ਮੁੰਡਾ ਵੀ ਛੱਡ ਦਿੱਤਾ ਸਿਰਫ 10-15 ਲੱਖ ਰੁਪਏ ਦਿਖਾ ਦੇ ਤੇ ਲੋਕ ਮੈਨੂੰ ਕਹਿੰਦੇ ਤੂੰ ਡਾਈਵੋਰਸ ਪਤਾ ਨਹੀਂ 20 ਲੱਖ ਲਿਆ ਆ ਕਿ 25 ਲੱਖ ਲਿਆ ਆ ਮੈਂ ਜ਼ੀਰੋ ਤੇ ਕੋਈ ਕੋਈ ਬਸ ਨਹੀਂ ਮੈਨੂੰ ਇਦਾਂ ਮੈਂ ਕਹਿੰਦਾ ਜਿਹੜਾ ਦਾ 10-15 ਲੱਖ ਲੈਣਾ ਉਹਨਾਂ ਕਿ ਮੈਂ ਕੰਮ ਘੁੰਮ ਕਰਕੇ ਆਪਣਾ ਸੈੱਟ ਕਰ ਲੈਣਾ ਤੁਸੀਂ ਭਾਵੇਂ ਉਸ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੀ ਸਿਰਫ ਇੱਕ ਆਸ ਦੇ ਵਿੱਚ ਸੋਸ਼ਲ ਮੀਡੀਆ ਸਵੇਰੇ ਔਨ ਕਰਕੇ ਬੈਠਦੀ ਹੈ ਕੋਈ ਫਿਜ਼ੀਕਲ ਮਿਹਨਤ ਨਹੀਂ ਕਰ ਰਹੀ ਕਿ ਤੁਸੀਂ ਜਿਵੇਂ ਤੁਹਾਡੇ ਹੱਥ ਨੇ ਮੈਂ ਦੇਖੇ ਨੇ ਦੇਖੋ ਪੂਰੇ ਕੰਮ ਕਰਨ ਵਾਲੇ ਖੂਬਸੂਰਤ ਹੱਥ ਇਹ ਹੁੰਦੇ ਨੇ ਤੇ ਤੁਸੀਂ ਸਾਰਾ ਦਿਨ ਲੋਹੇ ਨਾਲ ਮੱਥਾ ਮੱਥੀ ਹੁੰਨੇ ਹੋ ਪਰ ਜਿਹੜੀਆਂ ਕੁੜੀਆਂ ਮੁੰਡੇ ਸਿਰ ਸੋਸ਼ਲ ਮੀਡੀਆ ਤੇ ਸਾਰਾ ਦਿਨ ਦਿਖਾ ਕੇ ਕਿ ਅਸੀਂ ਜੀ ਨਹਾ ਲਿਆ ਅਸੀਂ ਖਾ ਲਿਆ ਪੀ ਲਿਆ ਇਹਨਾਂ ਨੂੰ ਤੁਸੀਂ ਕਿਸ ਨਜ਼ਰ ਨਾਲ ਉਹ ਸਾਰੇ ਦਿਖਾਵਾ ਕਰਦੇ ਆ ਰੀਅਲ ਲਾਈਫ ਹੁੰਦੀ ਨਹੀਂ ਹੁਣ ਸਾਡੇ ਕੋਲ ਇੱਥੇ ਆਉਂਦੇ ਆ ਮੀਨਸ ਅਸੀਂ ਵੀ ਫਿਲਟਰ ਫੁਲਟਰ ਲਾਉਂਦੇ ਆ ਇਹ ਨਹੀਂ ਵੀਡੀਓਜ਼ ਦੇ ਵਿੱਚ ਫਿਲਟਰ ਲਾਉਂਦੇ ਆ ਤਿਆਰ ਹੋ ਕੇ ਜਾਂਦੇ ਆ ਮੀਨਸ ਲੋਕ ਸੋਚਦੇ ਆ ਵੀ ਸ਼ਾਇਦ ਇਹ ਰੀਅਲ ਵਿੱਚ ਹੀ ਹੋਦਾਂ ਹੋਣਗੇ ਬਟ ਮੈਂ ਨਾਲ ਹੀ ਆਪਣੇ ਕੰਮ ਕਰਦੀ ਦੀ ਵੀਡੀਓ ਵੀ ਪਾ ਦਿੰਦੀ ਹੁੰਦੀ ਆ ਵੀ ਉੱਥੇ ਕੋਈ ਫਿਲਟਰ ਨਹੀਂ ਹੁੰਦਾ ਕੋਈ ਕੁਛ ਨਹੀਂ ਦਾ ਵਿਹਾਰ ਰੀਅਲ ਜਿਵੇਂ ਅਸੀਂ ਇਦਾਂ ਆਉਂਦੇ ਆ ਵਰਕਸ਼ਾਪ ਦੇ ਵਿੱਚ ਦੇਖਦੇ ਆ ਹੈਰਾਨ ਰਹਿੰਦੇ ਹੁੰਦੇ ਆ ਵੀ ਤੁਸੀਂ ਉੱਥੇ ਕਿੱਦਾਂ ਦੇ ਲੱਗਦੇ ਹੋ ਇਥੇ ਕਿਦਾਂ ਦੇ ਤੇ ਮੇਰੇ ਫਾਦਰ ਸਾਹਿਬ ਦੱਸਦੇ ਹੁੰਦੇ ਆ ਵੀ ਰੀਅਲ ਤੇ ਰੀਅਲ ਲਾਈਫ 'ਚ ਬਹੁਤ ਫਰਕ ਹੁੰਦਾ ਆ ਵੇ ਕੰਮ ਕਰਨਾ ਪੈਂਦਾ ਇਥੇ ਤੇ ਉਹ ਜਿਹੜੇ ਸੋਸ਼ਲ ਮੀਡੀਆ ਵਾਲੇ ਆ ਮੈਂ ਜ਼ਿਆਦਾ ਤਾਂ ਨਹੀਂ ਕਹੂੰਗੀ ਕਿਉਂਕਿ ਮੈਂ ਵੀ ਯੂਜ਼ ਕਰਦੀ ਆ ਮੀਨਜ਼ ਤੁਹਾਡਾ ਯੂਜ਼ ਕਰਨਾ ਪੈਣੇ ਹੋਰ ਹੈ ਤੁਸੀਂ ਯੂਜ਼ ਕਰਦੇ ਹੋ ਜਦੋਂ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਮੈਂ ਲਿਸਟ ਤਿਆਰ ਕੀਤੀ ਕਿ ਮੈਂ ਪੋਡਕਾਸਟ ਕਿਹਦੇ ਨਾਲ ਕਰਨੇ ਨੇ ਤਾਂ ਮੈਂ ਹਮੇਸ਼ਾ ਆਪਣੇ ਟੀਮ ਨਾਲ ਹੀ ਗੱਲ ਕਰ ਰਹੀ ਸੀ ਕਿ ਇਸ ਬੰਦੇ ਨਾਲ ਪੋਡਕਾਸਟ ਕਰਨ ਦਾ ਮੈਨੂੰ ਇੱਕ ਰੀਜ਼ਨ ਦਿਓ ਰੀਜ਼ਨ ਇਹ ਸੀ ਕਿ ਉਹਦੇ 2 ਮਿਲੀਅਨ ਫਾਲੋਅਰ ਸੀ ਤੇ ਮਤਲਬ ਜਿਹੜੀ ਬੰਦੇ ਦੀ ਸਟੋਰੀ ਕਿਸੇ ਨੂੰ ਇਨਸਪਾਇਰ ਨਹੀਂ ਕਰ ਪਾਰੀ ਜਾਂ ਕੋਈ ਸਮਾਜ ਨੂੰ ਦੇਣ ਨਹੀਂ ਆ ਉਸ ਬੰਦੇ ਨੂੰ ਤੁਸੀਂ ਕਿਸ ਨਜ਼ਰ ਨਾਲ ਦੇਖਦੇ ਮੇਰਾ ਇੰਸਟਾਗ੍ਰam ਤੇ ਮੇਰਾ ਸਨੈਪਚੈਟ ਮੀਨਸ ਇੰਨੀਆਂ ਕੁੜੀਆਂ ਦੇ ਜਾਂ ਇੰਨੇ ਕਈ ਮੁੰਡਿਆਂ ਦੇ ਵੀ ਕੁੜੀਆਂ ਦੇ ਵੀ ਮੈਸੇਜ ਆਏ ਹੋਏ ਜਿਹੜੇ ਵਿਆਹ ਤੋਂ ਬਾਅਦ ਜਿਨ੍ਹਾਂ ਦੇ ਦੋ ਦੋ ਜਵਾਬ ਹੋਏ ਮੀਨਸ ਉਹ ਕਹਿੰਦੀਆਂ ਵਾ ਵੀ ਸਾਡੇ ਹਸਬੰਡ ਇਦਾਂ ਕਰਦੇ ਆ ਜਾਂ ਸਾਡੀ ਸਹੁਰਾ ਫੈਮਿਲੀ ਇਦਾਂ ਕਰਦੀ ਅਸੀਂ ਕੀ ਕਰੀਏ ਮੈਂ ਤਾਂ ਉਹਨਾਂ ਨੂੰ ਇਦਾਂ ਕਹਿੰਦੀ ਹਣੀ ਵੀ ਤੁਹਾਡੀ ਲਾਈਫ ਆ ਤੁਹਾਡਾ ਡਿਸੀਜਨ ਆ ਚਾਹੇ ਚੰਗਾ ਆ ਚਾਹੇ ਮਾੜਾ ਤੁਸੀਂ ਆਪਣੇ ਸਿਰ ਤੇ ਤਾਂ ਲਉਂਗੇ ਹੈ ਨਾ ਦੇਖੋ ਤੁਹਾਨੂੰ ਕੀ ਸਹੀ ਲੱਗਦਾ ਵੋ ਬਿਅਸ ਅਕੋਰਡਿੰਗ ਤੁਸੀਂ ਆਪਣਾ ਡਿਸੀਜਨ ਲੈ ਲਓ ਆਪਾਂ ਇਹ ਗੱਲ ਐਡ ਆਨ ਕਰ ਸਕਦੇ ਆ ਪੜ੍ਹਨੇ ਕਿ ਹਰ ਕੁੜੀ ਦਾ ਵਿਆਹ ਤਾਂ ਹੋਣਾ ਹੀ ਹੁੰਦਾ ਤਾਂ ਕਿਉਂ ਨਾ ਵਿਆਹ ਤੋਂ ਪਹਿਲਾਂ ਹੀ ਉਹ ਆਪਣੇ ਪੈਰਾਂ ਤੇ ਖੜੀ ਹੋ ਉਸਵੇ ਕਮਾਈ ਦਾ ਸਾਧਨ ਸੈੱਟ ਕਰ ਲਵੇ ਕੋਈ ਵਧੀਆ ਡਿਗਰੀ ਕਰ ਲਵੇ ਭਾਵੇਂ ਵਿਆਹ ਤੋਂ ਬਾਅਦ ਉਹਦਾ ਮਿਊਚੁਅਲ ਅੰਡਰਸਟੈਂਡਿੰਗ ਨਾਲ ਜੌਬ ਕਰ ਪਾਵੇ ਜਾਂ ਬਿਜ਼ਨਸ ਕਰ ਪਾਵੇ ਨਾ ਕਰ ਪਾਵੇ ਪਰ ਇਹ ਕਾਬਲੀਅਤ ਹੋਣੀ ਬਹੁਤ ਜ਼ਰੂਰੀ ਹੈ ਸਟੱਡੀ ਵੀ ਆਪਾਂ ਹੁਣ ਸਾਰਿਆਂ ਨੂੰ ਸਰਕਾਰੀ ਨੌਕਰੀਆਂ ਤਾਂ ਮਿਲਣਾ ਰਹੀਆਂ ਨੇ ਬ ਜੇ ਵੀ ਆਪਣੇ ਕੋਈ ਹੁਨਰ ਹੋਗਾ ਹਾਊਗਾ ਤਾਂ ਆਪਾਂ ਉਹਦੇ ਵਿੱਚ ਜਾ ਸਕਦੇ ਜੇ ਆਪਾਂ ਨੇ ਆਪਾਂ ਸਰਕਾਰੀ ਜੋਬ ਟਰਾਈ ਕਰਦੇ ਆਪਣੀ ਨਹੀਂ ਲੱਗਦੀ ਪਈ ਜੇ ਆਪਣੇ ਕੋਈ ਹੱਥੀਗੋਣ ਹੋਗਾ ਆਪਾਂ ਆਪਣੀ ਛੋਟੀ ਜੀ ਦੁਕਾਨ ਖੋਲ ਕੇ ਤਾਂ 15 20000 ਜੋ ਜਿੰਨਾ ਵੀ ਕਮਾ ਸਕਦੇ ਉਹ ਆਪਣੇ ਤਾਂ ਹੋਣਗੇ ਹਨ ਬੜੀ ਯੂਥ ਕਹਿੰਦੀ ਪੈਣੀ ਕਿ ਇੰਡੀਆ ਦੇ ਵਿੱਚ ਕੰਮ ਹੈ ਨਹੀਂ ਪੰਜਾਬ ਤਾਂ ਐ ਹੀ ਹੈ ਤੁਸੀਂ ਕਦੀ ਬਾਹਰ ਜਾਣ ਦਾ ਨਹੀਂ ਸੋਚਿਆ ਮੈਂ ਕਦੇ ਮੰਨ ਜਾਣ ਦਾ ਸੋਚਿਆ ਉੱਧਾ ਨਹੀਂ ਸੈਟਲ ਹੁੰਦਾਂ ਸੈਟਲ ਸੋਟਲ ਇੱਥੇ ਵਧੀਆ 30 40000 ਬਣਦਾ ਵਾ ਠੀਕ ਆ ਉੱਥੇ ਜਾ ਕੇ ਕਿਹੜਾ ਦਿਹਾੜੀਆਂ ਲਾਵੇ ਫਿਰ ਵੀ ਮੈਨੂੰ ਇੱਥੇ ਤੁਸੀਂ ਖੁਸ਼ ਹੋ ਇੱਥੇ ਸਹੀ ਹੈ ਜਿੰਨਾ ਟਾਈਮ ਹੈਗਾ ਜਿੰਨਾ ਕਿ ਟਾਈਮ ਰੱਬ ਪਰਮਾਤਮਾ ਚਾਹੁੰਦਾ ਇੱਥੇ ਆ ਬਸ ਵਧੀਆ ਵਾ ਠੀਕ ਹੈ ਬਹੁਤ ਲੋਕਾਂ ਦੀ ਮਿਸਾਲ ਬਣ ਚੁੱਕੀ ਹੈ ਹਰਪਾਲ ਕੌਰ ਭੈਣ ਔਰ ਖਾਸ ਕਰ ਮੈਂ ਜਦੋਂ ਵੀ ਇਹਨਾਂ ਦੇ ਇੰਟਰਵਿਊ ਸੁਣਦਾ ਮੈਨੂੰ ਬੜੀ ਮੋਟੀਵੇਸ਼ਨ ਫੀਲ ਹੁੰਦੀ ਹੈ ਕਿ ਕੋਈ ਵੀ ਭੈਣ ਹੋਵੇ ਕਿਸੇ ਦੀ ਵੀ ਘਰ ਦੀ ਹੋਵੇ ਪੈਣਾ ਸਭੀਆਂ ਸਾਂਝੀਆਂ ਕੋਈ ਵੀ ਦੁਖੀ ਨਾ ਰਵੇ ਔਰ ਹੱਥ ਚੱਕਣ ਵਾਲੀ ਜਿਹੜੀ ਹਰਕਤ ਹੈ ਉਹ ਮਰਦ ਨੂੰ ਮਰਦ ਨਹੀਂ ਬਣਾਉਂਦੀ ਉਹ ਨਾ ਮਰਦ ਬਣਾਉਂਦੀ ਨਾ ਬੰਦ ਬੰਦਾ ਹੀ ਹਮੇਸ਼ਾ ਇੱਕ ਔਰਤ ਤੇ ਹੱਥ ਚੁੱਕਦਾ ਹੈ ਉਹਨੂੰ ਗਾਲ ਤੇ ਇਹ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਸਮਾਜ ਦੇ ਵਿੱਚ ਔਰ ਖਾਸ ਕਰ ਹਰਪਾਲ कौर ਵਰਗੀਆਂ ਭੈਣਾਂ ਜਿਹੜੀਆਂ ਇਸ ਚੀਜ਼ਾਂ ਦੀ ਆਵਾਜ਼ ਚੱਕਦੀਆਂ ਨੇ ਤੇ ਮੈਨੂੰ ਬੜਾ ਵਧੀਆ ਲੱਗਿਆ ਭੈਣ ਨਾਲ ਗੱਲਬਾਤ ਕਰਕੇ ਸਵਾਲ ਤਾਂ ਮਨ ਦੇ ਵਿੱਚ ਹੋਰ ਵੀ ਬਹੁਤ ਨੇ ਪਰ ਸਮੇਂ ਦੀ ਕਮੀ ਹੋਣ ਕਰਕੇ ਅਸੀਂ ਦੁਬਾਰਾ ਭੈਣ ਕੋਲ ਟਾਈਮ ਲੈ ਕੇ ਫਿਰ ਤੁਹਾਨੂੰ ਭੈਣੇ ਮਿਲਾਂਗੇ ਕਿਵੇਂ ਲੱਗਿਆ ਤੁਹਾਨੂੰ ਅੱਜ ਬਹੁਤ ਵਧੀਆ ਬਹੁਤ ਗੱਲਾਂ ਸੀਗੀਆਂ ਦਿਲ ਦੇ ਵਿੱਚ ਉੱਬਲਦੀਆਂ ਪਈਆਂ ਮੈਨੂੰ ਦੱਸਣਾ ਚਾਹੁੰਦੀ ਸੀ ਵੀ ਮੈਂ ਕਿਸ ਤਰੀਕੇ ਨਾਲ ਦੱਸਾਂ ਮ ਵਧੀਆ ਮਤਲਬ ਤੁਹਾਡੇ ਨਾਲ ਮੁਲਾਕਾਤ ਹੋਈ ਤੁਹਾਡਾ ਜ਼ਰੀਆ ਬਣਿਆ ਮੈਂ ਬਹੁਤ ਧੰਨਵਾਦੀਆਂ ਤੁਹਾਡਾ ਕਿ ਤੁਸੀਂ ਸਾਨੂੰ ਟਾਈਮ ਦਿੱਤਾ ਔਰ ਮੈਂ ਯੂਥ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਐਦਾਂ ਦੀਆਂ ਭੈਣਾਂ ਕੋਲ ਕੁਝ ਸਿੱਖੋ ਜਿਹੜੀਆਂ 8 ਲੱਖ ਫਾਲੋਅਰ ਲੈਂਡ ਤੇ ਬਾਅਦ ਵੀ ਇੰਸਟਾਗ੍ਰਾਮ ਤੇ ਆਪਣਾ ਕੰਮ ਨਹੀਂ ਛੱਡਿਆ ਆਪਣੀ ਮਿਹਨਤ ਨਹੀਂ ਛੱਡੀ ਆਪਣੀ ਹੱਥੀ ਮਿਹਨਤ ਨਹੀਂ ਛੱਡੀ ਹਮੇਸ਼ਾ ਕਹਿੰਦੇ ਹੁੰਦੇ ਕਿ ਦੇਅਰ ਸ਼ੁੱਡ ਆਲਵੇਜ਼ ਬੀ ਅ ਪਲਾਨ ਏ ਨੋ ਪਲਾਨ ਵੀ ਬਟ ਆਈ ਥਿੰਕ ਕਿ ਪਲਾਨ ਡੀ ਵੀ ਹੋਣਾ ਚਾਹੀਦਾ ਸਾਡੇ ਕੋਲ ਜੇ ਅੱਜ ਬੰਦਾ ਕੋਈ ਸਿੰਗਰ ਬਣਨਾ ਚਾਹੁੰਦਾ ਹੈ ਕੋਈ ਲਿਰਿਕਸ ਵਧੀਆ ਲਿਖਦਾ ਹੈ ਤਾਂ ਉਹ ਨਾਲ ਜੌਬ ਕਰੇ ਆਪਣਾ ਘਰ ਪਾਲੇ ਹੁਣ ਸਾਰਾ ਦਿਨ ਮੈਂ ਘਰਦਿਆਂ ਦੇ ਬੋਝ ਪਿਆ ਰਹਾ ਤੇ ਮੈਂ ਕਹਾਂ ਕੋਈ ਗੱਲ ਨਹੀਂ ਲਿਖੀ ਚੱਲੋ ਖਰਚਾ ਮੈਂ ਇੱਕ ਦਿਨ ਸਿੰਗਰ ਬਣਾਂਗਾ ਮੋੜ ਦੂੰਗਾ ਸਾਰੇ ਤਾਂ ਇਹ ਗੱਲ ਕਿਤੇ ਨਾ ਕਿਤੇ ਗਲਤ ਔਰ ਮੈਂ ਸੁਣਿਆ ਪੜ੍ਹਨੇ ਤੁਸੀਂ ਵੀ ਆਪਣੇ ਫਾਦਰ ਕੋਲ ਸਾਰਾ ਦਿਨ ਕੰਮ ਕਰਕੇ ਇੱਕ ਸੈਲਰੀ ਬੰਨੀ ਹੋਈ ਉਹ ਲੈਣ ਸੈਲਰੀ ਉਹ ਮਤਲਬ ਸਾਡੀ ਦਿਹਾੜੀ ਬੰਨੀ ਹੋਈ ਆ 350 ਜਾਂ 400 ਇਦਾਂ ਜਿੱਦਾਂ ਛੁੱਟੀ ਕਰਦੇ ਹੋ ਘਰ ਤੇ ਵੀ ਲੈਂਦੇ ਆ ਤੁਸੀਂ ਇਹ ਵੀ ਕਰਦੇ ਹੋ ਤੁਸੀਂ ਇਸ ਤੋਂ ਜ਼ਿਆਦਾ ਤਾਂ ਪੜ੍ਹਨੇ ਪੈਸੇ ਸੋਸ਼ਲ ਮੀਡੀਆ ਤੋਂ ਕਮਾ ਲੈਣੇ ਹੋ ਫਿਰ ਤੁਸੀਂ ਸੋਚਿਆ ਨਹੀਂ ਕਿ ਇਹ ਕੰਮ ਛੱਡੋ ਹੁਣ ਸੋਸ਼ਲ ਮੀਡੀਆ ਮੇਰੀ ਸ਼ੁਰੂਆਤ ਖਤਮ ਐਂਡ ਸਾਰਾ ਕੁਝ ਇੱਥੋਂ ਹੀ ਆ ਸੋ ਨਹੀਂ ਇਹ ਨਹੀਂ ਇਹ ਇਸ ਕਰਕੇ ਤਾਂ ਮਤਲਬ ਮੈਂ ਸੋਸ਼ਲ ਮੀਡੀਆ ਤੇ ਆਈਆਂ ਜੇ ਕੰਮ ਹੀ ਨਾ ਕਰਦੀ ਉਹਨੂੰ ਕੋਣ ਕਹਿਨੇ ਪਹਿਚਾਨਣਾ ਸੀ ਸਾਰਿਆਂ ਨੇ ਕਹਿਣਾ ਸੀ ਇਹ ਵੀ ਸੂਟ ਪਾ ਕੇ ਵੀਡੀਓ ਬਣਾਉਂਦੀ ਐ ਇਹ ਵੀ ਪੈਂਟਾ ਪਾ ਕੇ ਵੀਡੀਓ ਬਣਾਉਂਦੀ ਐ ਇਹ ਬਾਕੀਆਂ ਦੇ ਨਾਲ ਹੀ ਰਲ ਜਾਣਾ ਸੀ ਨਾ ਫਿਰ ਅਲੱਗ ਪਹਿਚਾਨ ਕਿੱਦਾਂ ਬਣਨੀ ਕਿਤਨਾ ਕਿਤੇ ਪਹਿਣੇ ਤੁਸੀਂ ਸਾਰਾ ਦਿਨ ਇੱਕ ਇਨਸਾਨ ਜਦੋਂ ਫ੍ਰੀ ਰਹਿੰਦਾ ਡਿਪਰੈਸ਼ਨ ਦਾ ਸ਼ਿਕਾਰ ਉਹਦਾ ਵੀ ਕਿਤੇ ਮੇਨ ਕਾਰਨ ਹੈ ਕਿ ਲੋਕ ਸਾਰਾ ਦਿਨ ਕੋਈ ਫਿਜ਼ੀਕਲੀ ਕੰਮ ਹੀ ਨਹੀਂ ਕਰ ਰਹੇ ਕਿਤੇ ਬੀਜ਼ੀ ਨਹੀਂ ਹੋ ਰਹੇ ਕਿਉਂਕਿ ਇੱਕ ਬੰਦਾ ਜਿਵੇਂ ਲਾ ਬੈਠਾ ਸੂਇਰ ਦਾ ਫੋਨ ਚਲਾ ਰਿਹਾ ਆ ਫੋਨ ਚਲਾ ਰਿਹਾ ਫੋਨ ਚਲਾ ਰੋ ਇੱਕੋ ਥੌਟ ਦਿਮਾਗ ਦੇ ਵਿੱਚ ਘੁੰਮੀ ਜਾ ਰਿਹਾ ਉਹ ਡਿਪਰੈਸ਼ਨ 'ਚ ਹੀ ਜਾਏਗਾ ਹਾਂਜੀ ਜੇ ਸਾਰਾ ਦਿਨ ਤਮੀਆਂ ਬਣਾਉਣੇ ਹੋ ਲੋਹੇ ਨਾਲ ਲੋਹਾ ਹੰਨੇ ਹੋ ਕਿਹੜਾ ਸਮਾਨ ਉਹਨਾਂ ਕਿੱਥੇ ਲੱਗਣਾ ਕਿਹੜਾ ਕਿੱਦਾਂ ਵੈਲਡਿੰਗ ਕਰਨਾ ਸਾਰਾ ਦਿਨ ਆਪਣੇ ਆਪ ਨੂੰ ਬੀਜ਼ੀ ਰੱਖਦੇ ਹੋ ਕਿਤਨੇ ਕਿਤੇ ਆਪਣਾ ਦੁੱਖ ਭੁੱਲ ਨਹੀਂ ਜਾਂਦੇ ਤੁਸੀਂ ਹੈ ਮੈਨੂੰ ਯਾ ਮੈਂ ਤੁਹਾਨੂੰ ਦੱਸਾਂ ਮਿੰ 2 ਸਾਲ ਹੋ ਗਏ ਮੈਂ ਉਸ ਬੰਦੇ ਨੂੰ ਆ ਗੱਲਾਂ ਗੁੱਲਾਂ ਚ ਯਾਦ ਕਰਦੀ ਮੈਂ ਨਹੀਂ ਯਾਦ ਯੂਦ ਕਰਦੀ ਨਾ ਸਾਡੇ ਫੈਮਲੀ ਚ ਮੇਰੇ ਪਾਸ ਨੂੰ ਲੈ ਕੇ ਕੋਈ ਗੱਲ ਹੁੰਦੀ ਆ ਵੇ ਹਾਂ ਉਹ ਕਿੱਦਾਂ ਸੀ ਯਾ ਕਿਵੇਂ ਬਸ ਘਰ ਦੇ ਇਦਾਂ ਕਹਿੰਦੇ ਬਸ ਤੂੰ ਆਪਣਾ ਹੁਣ ਅੱਗੇ ਦੇਖ ਤੂੰ ਅੱਗੇ ਕੀ ਕਰਨਾ ਵਾ ਕਿੱਦਾਂ ਵਾ ਇਹ ਉਹ ਮੈਂ ਸੋਚਦੀ ਨਾ ਸੋਚ ਦਿਮਾਗ 'ਚ ਹੀ ਕੱਢਦਾ ਮੈਂ ਤਾਂ ਆਪਣੇ ਬੇਟੇ ਨੂੰ ਵੀ ਸਮਝਾਤਾ ਕਿ ਉਹ ਪਾਸਟ ਅਸੀਂ ਉਹ ਮਰ ਗਿਆ ਜਾਂ ਇਹ ਆ ਉਹ ਮੀਨਸ ਉਹ ਵੀ ਨਹੀਂ ਨਾਮ ਹੀ ਨਹੀਂ ਲੈਂਦਾ ਉਹ ਵੀ ਉਹ ਯਾਦ ਹੀ ਨਹੀਂ ਕਰਦਾ ਬਈ ਹਾਂ ਮੇਰਾ ਕੋਈ ਫਾਦਰ ਸੀ ਜਾਂ ਨਾ ਸੀ ਮੇਰੇ ਮੇਰੇ ਫਾਦਰ ਨੂੰ ਆਪਣਾ ਫਾਦਰ ਕਹਿੰਦਾ ਇੱਕ ਮਾ ਲਈ ਔਖਾ ਨਹੀਂ ਮਾਵਾਬ ਦਾ ਦੋਨਾਂ ਦਾ ਪਿਆਰ ਦੇਣਾ ਉਹ ਮੇਰੀ ਫੈਮਲੀ ਸਾਰੇ ਮਾਸੀਆਂ ਚਾਚੀਆਂ ਤਾਈਆਂ ਸਾਰਾ ਸਭ ਮਹਿਸੂਸੇ ਨਹੀਂ ਹੋਣ ਦਿੰਦੀ ਉਹਨੂੰ ਸਰਪ੍ਰਸਤ ਕਿਰਪਾ ਰੱਖਣ ਤੁਹਾਡੇ ਪਰਿਵਾਰ ਤੇ ਪਰ ਮੈਨੂੰ ਖਾਸ ਕਰਕੇ ਅੱਜ ਬਹੁਤ ਚੰਗਾ ਲੱਗਿਆ ਪੜਨਾਂ ਗੱਲਬਾਤ ਕਰਕੇ ਤੇ ਤੁਸੀਂ ਵੀ ਜਰੂਰ ਮੈਨੂੰ ਦੱਸਿਓ ਕਿ ਪੰਜਾਬ ਦੀਆਂ ਕਿਹੜੀਆਂ ਸ਼ਖਸੀਅਤਾਂ ਖਾਸ ਕਰ ਮੈਨੂੰ ਸਿਰਫ ਉਹ ਬੰਦਾ ਜਾਂ ਬੰਦੀ ਬਿਲਕੁਲ ਨਹੀਂ ਚਾਹੀਦੇ ਜਿਹੜੇ ਸਿਰਫ ਫੇਮਸ ਨੇ ਜਿਨ੍ਹਾਂ ਦੀ ਕੋਈ ਸਮਾਜ ਨੂੰ ਦੇਣ ਹੋਵੇ ਕੋਈ ਸਿਹਤ ਦੇਣ ਵਾਲੀ ਸਟੋਰੀ ਹੋਵੇ ਜਿਵੇਂ ਇਹ ਭੈਣ ਦੀ ਹੈ ਕਿ ਇਸ ਭੈਣ ਨੇ ਜਿਹੜੀ ਜ਼ਿੰਦਗੀ ਨਾਲ ਸੰਘਰਸ਼ ਕਰਕੇ ਅੱਜ ਇੱਥੇ ਖੜੀ ਹੈ ਨਾ ਸਭ ਤੋਂ ਖੂਬਸੂਰਤੀ ਜਿਹੜੀ ਇਨਸਾਨ ਦੀ ਹੁੰਦੀ ਹੈ ਉਹ ਇਹੀ ਹੁੰਦੀ ਹੈ ਖੂਬਸੂਰਤੀ ਕੱਪੜਿਆਂ ਨਾਲ ਸ਼ਕਲ ਨਾਲ ਨਹੀਂ ਹੁੰਦੀ ਜਿਹੜੀ ਖੂਬਸੂਰਤੀ ਉਹ ਗੁਣਾਂ ਦੀ ਹੁੰਦੀ ਹੈ ਤੇ ਖਾਸ ਕਰੇ ਭੈਣ ਗੁਣਾਂ ਦੀ ਭਰਪੂਰ ਔਰ ਜ਼ਿੰਦਗੀ ਨੂੰ ਜਿਸ ਤਰੀਕੇ ਨਾਲੇ ਚਲਾ ਰਹੀ ਹੈ ਕਿਵੇਂ ਆਪਣੇ ਪਰਿਵਾਰ ਨਾਲ ਆਪਣੇ ਬੇ ਦੁਨੀਆ ਨਾਲ ਵਿਚਰੀ ਬਣੀ ਪਿੰਡ ਦਾ ਕੀ ਮਾਹੌਲ ਹੈ ਫਿਰ ਪਿੰਡ ਦਾ ਮਾਹੌਲ ਠੀਕ ਹੈ ਯਾਰ ਮੀਨਸ ਤੂੰ ਸਪੋਰਟਿਵ ਕੌਣ ਕਰਦਾ ਕੁੜੀਆਂ ਨੇ ਜਦੋਂ ਆਪਾਂ ਕਹਿੰਦੀਆਂ ਵੀ ਕਿਸੇ ਨੂੰ ਲੋਕ ਬਾਹਰੋਂ ਜਾਣ ਪਛਾਣਦੇ ਆ ਪਿੰਡ ਦੇ ਕਿੱਥੇ ਸਪੋਰਟ ਕਰਦੇ ਵਗਲਾ ਸਿੱਧਾ ਕਹਿੰਦਾ ਹਾਂ ਹਾਂ ਤੂੰ ਤਾਂ ਬਹੁਤ ਪੈਸੇ ਬਣਾਉਣੀ ਆ ਇਦਾਂ ਕਰਦੇ ਆ ਇਦਾਂ ਕਰਦੇ ਤੇਰੀ ਤਾਂ ਬਹੁਤ ਫੇਮਸ ਹੋ ਕੇ ਬਹੁਤ ਪੈਸੇ ਕਮਾਉਣੇ ਉਹਨਾਂ ਨੇ ਬਿਜਲੀ ਗੱਲ ਬੰਦਾ ਹਨ ਕੀ ਦੱਸਿਆ ਵੀ ਇਸ ਚੀਜ਼ ਤੇ ਇਸ ਮੁਕਾਮ ਤੇ ਆਉਣ ਲਈ ਵੀ ਮਿਹਨਤ ਕਰਨੀ ਪੈਂਦੀ ਆ ਹਾਂਜੀ ਕੁਝ ਵੀ ਫ੍ਰੀ ਨਹੀਂ ਆ ਇਸ ਦੁਨੀਆ ਦੇ ਵਿੱਚ ਔਰ ਜਿਹੜੇ ਬੰਦੇ ਚੀਜ਼ਾਂ ਤੋਂ ਗੁਜ਼ਰੇ ਹੋਏ ਇਹਨਾਂ ਨੂੰ ਪਤਾ ਹੈ ਕਿ ਇਸ ਦੁਨੀਆ ਦੇ ਵਿੱਚ ਕੁਝ ਵੀ ਫ੍ਰੀ ਨਹੀਂ ਆ ਜੇ ਕੋਈ ਵੀ ਬੰਦਾ ਜ਼ਿੰਦਗੀ 'ਚ ਕਾਮਯਾਬ ਹੁੰਦਾ ਹੈ ਤਾਂ ਉਹਦੇ ਪ ਉਹ ਪਾਵੇਂ ਮਿਹਨਤ ਅਗਲਾ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਸਾਡੇ ਵਾਂਗੂ ਨਾਂ ਦਿਖਾਉਂਦਾ ਹੋਵੇ ਪਰ ਫਿਰ ਵੀ ਉਹਦੇ ਪਿੱਛੇ ਮਿਹਨਤ ਹੁੰਦੀ ਹੈ ਔਰ ਉਹ ਮਿਹਨਤ ਉਹਦੀ ਪਰਮਾਤਮਾ ਜਾਣਦਾ ਫਲ ਦੇਣ ਵਾਲਾ ਪਰਮਾਤਮਾ ਤੇ ਮੈਨੂੰ ਅੱਜ ਪੋਡਕਾਸਟ ਰਿਕਾਰਡ ਕਰਕੇ ਬੜਾ ਵਧੀਆ ਲੱਗਿਆ ਤੁਸੀਂ ਕਮੈਂਟ ਕਰਕੇ ਦੱਸੋ ਕਿਵੇਂ ਲੱਗਿਆ ਔਰ ਹੋਰ ਸਵਾਲ ਜਵਾਬ ਜੇ ਤੁਸੀਂ ਭੈਣ ਕੋਲ ਪੁੱਛਣਾ ਚਾਹੁੰਦੇ ਹੋ ਤਾਂ ਉਹ ਵੀ ਕਮੈਂਟ ਕਰੋ ਅਸੀਂ ਫਿਰ ਭੈਣ ਕੋਲ ਟਾਈਮ ਲੈ ਕੇ ਫਿਰ ਇਹਨਾਂ ਦੇ ਪਿੰਡ ਪਹੁੰਚਾਂਗੇ ਅੱਜ ਜਿਵੇਂ ਪਹੁੰਚੇ ਹਾਂ ਤੇ ਇਦਾਂ ਹੀ ਆਪਣੇ ਤੇ ਹੁੰਦੇ ਜ਼ੁਲਮ ਦੀ ਆਵਾਜ਼ ਚੱਕੂ ਤੇ ਤੁਹਾਡਾ ਲੋਕ ਸਾਥ ਦੇਣਗੇ ਆਪਣੇ ਆਪ ਨੂੰ ਖਤਮ ਕਰਨਾ ਰੋਜ਼ ਹੰਝੂਆਂ ਦੀ ਰਾਤ ਸੋਣਾ ਇਹ ਕੋਈ ਚੀਜ਼ ਦਾ ਹੱਲ ਨਹੀਂ ਹੈ ਜੇ ਤੁਹਾਡੇ ਨਾਲ ਕੋਈ ਗਲਤ ਹੋ ਰਿਹਾ ਤਾਂ ਉਹਦੀ ਆਵਾਜ਼ ਚੱਕੋ ਅੱਛੇ ਲੋਕ ਸਮਾਜ ਦੇ ਵਿੱਚ ਬਹੁਤ ਨੇ ਜਿਵੇਂ ਪੈਨ ਨੇ ਆਪਣੀ ਗੱਲਾਂ ਦੇ ਵਿੱਚ ਦੱਸਿਆ ਹੀ ਹੈ ਕਿ ਮੈਨੂੰ ਹਮੇਸ਼ਾ ਲੋਕਾਂ ਨੇ ਕੰਮ ਕਰਦੇ ਨੂੰ ਹੀ ਜ਼ਿਆਦਾ ਪਿਆਰ ਵੀਡੀਓਜ਼ ਤੇ ਦਿੱਤਾ ਐਜ਼ ਕੰਪੇਅਰ ਟੂ ਜਦੋਂ ਮੈਂ ਕੋਈ ਵੈਸੇ ਵੀਡੀਓ ਪਾ ਦਿੰਦੀ ਹਾਂ ਤੇ ਲੋਕ ਵੀ ਚੰਗੇ ਹੈਗੇ ਨੇ ਕਿਤਨਾ ਕਿਤੇ ਮੰਨਦੇ ਹੋ ਹਾਂਜੀ ਬਹੁਤ ਬਹੁਤ ਮੈਨੂੰ ਮਤਲਬ ਭੈਣ ਤੋਂ ਬਿਨਾ ਕੋਈ ਗੱਲ ਨਹੀਂ ਕਰਦਾ ਹੈਗਾ ਇੰਨੀ ਰਿਸਪੈਕਟ ਨਹੀਂ ਤਾਂ ਸੋਸ਼ਲ ਮੀਡੀਆ ਤੇ ਦੇਖਿਆ ਨਾਰਮਲ ਕੁੜੀਆਂ ਦੇ ਕਮੈਂਟ ਆਉਂਦੇ ਮਿਸ ਦੁੱਖ ਤਾਂ ਬਹੁਤ ਲੱਗਦਾ ਵੀ ਚਲ ਹੈ ਤਾਂ ਉਹਨਾਂ ਨੇ ਨਾਰਮਲ ਵੀਡੀਓ ਪਾਈ ਹੁੰਦੀ ਆ ਬਟ ਲੋਕਾਂ ਦਾ ਮਾਈਂਡ ਸੈਟ ਪਤਾ ਨਹੀਂ 21ਵੀਂ ਸਦੀ ਚੱਲਦੀ ਪਈ ਆ ਪਤਾ ਨਹੀਂ ਕਿੱਥੇ ਵਸਦੇ ਆ ਲੋਕ ਮੈਂ ਉਹ ਸੀ ਤੂੰ ਥੋੜਾ ਜਿਹਾ ਹੁੰਦਾ ਬਈ ਆਪਣੇ ਤੋਂ ਛੋਟੇ ਭੈਣ ਭਰਾਵਾਂ ਨੂੰ ਪੜ੍ਹਨ ਕੀ ਮੈਸੇਜ ਦੇਣਾ ਚਾਹੁੰਦਾ ਜਾਂਦੇ ਜਾਂਦੇ ਮੈਂ ਭਰਾਵਾਂ ਨੂੰ ਤਾਂ ਕੁਝ ਨਹੀਂ ਹਾਂ ਆਪਣੇ ਮਾਪਿਓ ਦਾ ਸਾਥ ਨਹੀਂ ਭਰਾਵਾਂ ਨੂੰ ਤਾਂ ਜ਼ਰੂਰੀ ਬਣਦਾ ਨਾ ਮਾਪਿਓ ਦਾ ਸਾਥ ਦੋ ਆਪਣੇ ਜਿਹੜੇ ਤੁਹਾਡੇ ਫਾਦਰ ਦਾ ਕਾਰੋਬਾਰ ਆ ਹਨਾ ਮੀਨਸ ਉਹਨੂੰ ਸੰਭੋ ਬਾਹਰ ਜਾਣ ਦੀ ਦੌੜ ਵਿੱਚ ਨਾ ਲੱਗੇ ਰਹੋ ਸਾਰੇ ਜੇ ਬਾਹਰ ਚੱਲ ਗਏ ਆਪਣਾ ਪੰਜਾਬ ਤਾਂ ਖਾਲੀ ਹੋਏਗਾ ਜੇ ਹੁਣ ਅਸੀਂ ਤਵੀਆਂ ਬਣਾਉਂਦੇ ਹਾਂ ਹੁਣ ਅਸੀਂ ਸੋਚੀਏ ਮੇਰੇ ਫਾਦਰ ਜੀ ਅਸੀਂ ਸਾਰੇ ਬਾਹਰ ਚੱਲ ਜਾਣਗੇ ਬਾਅਦ ਚੋਂ ਕੌਣ ਬਣਾਊਗਾ ਆਈ ਮੀਨ ਉਦਾਂ ਹੀ ਆ ਜੇ ਹੁਣ ਬਾਕੀ ਸਾਰੇ ਆਪਾਂ ਬਾਹਰ ਜਾਏ ਆਪਣੇ ਫਾਦਰ ਵੀ ਜੇ ਆਪਣੇ ਬਜ਼ੁਰਗ ਹੀ ਕਿੰਨੇ ਕੰਮ ਕਰ ਲੈਣਗੇ ਇਹਨਾਂ ਚੀਜ਼ਾਂ ਨੂੰ ਲੇਬਰ ਨਹੀਂ ਮਿਲਦੀ ਹੈਗੀ ਸਟੂਡੈਂਟ ਸਾਰੇ ਬਾਹਰ ਜਾਈ ਜਾਂਦੇ ਉੱਥੇ ਜਾ ਜਾ ਕੇ ਆਪਣੀ ਲਾਈਫ ਸਟਾਰਟ ਕਰੀ ਜਾਂਦੇ ਆ ਇੱਥੋਂ ਵੇਚ ਵਟ ਕੇ ਜਾਈ ਜਾਂਦੇ ਆਪਣੇ ਪੇਰੈਂਟਸ ਵੀ ਨਾਲ ਲੈ ਜਾਂਦੇ ਆ ਉੱਥੇ ਜਾ ਕੇ ਲੇਬਰ ਕਰਨ ਨੂੰ ਤਿਆਰ ਆ ਇੱਥੇ ਲੇਬਰ ਕਰਨ ਨੂੰ ਤਿਆਰ ਇੱਥੇ ਨਹੀਂ ਇੱਥੇ ਸਮਾਂ ਕਿ ਤੁਸੀਂ ਆਪਣੀ ਫੈਮਲੀ ਚੋਂ ਹੁਣ ਕਿੰਨੀ ਆ ਨਿਊਜ਼ ਆਪਾਂ ਦੇਖਦੇ ਆ ਉਹਨੂੰ ਉੱਤੇ ਵਾਰ ਮੁੰਡੇ ਦੇ ਜਾਂਦੇ ਨੂੰ ਅਟੈਕ ਹੋ ਗਿਆ ਜਾਂ ਕੁਝ ਹੋ ਗਿਆ ਆਪਣੀ ਫੈਮਲੀ ਚ ਰਹੋ ਚੰਗੇ ਮਾੜੇ ਟਾਈਮ ਚ ਰਹੋ ਘੱਟ ਖਾ ਲੋ ਸ਼ੋਅ ਆਫ ਨਾ ਕਰੋ ਜ਼ਰੂਰੀ ਥੋੜਾ ਜਿਹਾ ਤੁਸੀਂ ਥਾਰ ਚੇ ਘੁੰਮਣਾ ਵਾ ਇਹ ਬਹੁਤ ਡੂੰਘੀਆਂ ਗੱਲਾਂ ਨੇ ਕਿ ਘੱਟ ਜ਼ਿੰਦਗੀ ਚ ਆਪਣੇ ਉੱਚੇ ਖਾਬ ਸਜਾਓ ਉੱਚੇ ਖਾਬ ਸਜਾਣੇ ਗਲਤ ਨਹੀਂ ਹੈ ਪਰ ਹਾਂ ਦੂਜੇ ਦਾ ਮੂੰਹ ਲਾਲ ਦੇ ਕੇ ਆਪਣਾ ਚਪੇੜ ਮਾਰ ਕੇ ਲਾਲ ਕਰਨਾ ਉਹ ਤਾਂ ਗਲਤ ਹੈ ਤੇ ਬੜਾ ਕੁਝ ਵਧੀਆ ਸਿੱਖਣ ਉਹ ਜਪਣ ਕੋਲ ਮਿਲਿਆ ਤੇ ਥੈਂਕ ਯੂ ਭੈਣ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਥੈਂਕ ਯੂ ਸੋ ਮਚ ਥੈਂਕ ਯੂ